ਕਾਕਾ ਕੈਨੇਡਾ ਚੱਕੜਾ ਗਰੁੱਪ ਦੀ ਟੀਮ ਵੱਲੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੱਖੀ ਵਿੱਚ ਪਹੁੰਚੇ ਹਾਂ ਜੀ ਅਸੀਂ ਬਾਈ ਜੀ ਕੰਤਾ ਪੱਖੀ ਦੇ ਪਿੰਡ ਵਿੱਚ। ਅਤੇ ਆਓ ਮਿਲਾਉਂਦੇ ਹਾਂ ਜੀ ਉਹਨਾਂ ਨੂੰ ਤੁਹਾਡੇ ਨਾਲ। ਚਲੋ ਜੀ ਆਪਣੇ ਘਰ ਦੀ ਆ ਆਪਣੇ ਉਧਰੋਂ ਜਾਂਦੇ ਉਹ ਕਬੂਤਰ ਪਾਸੋਂ ਸਾਹਮਣਾ ਹੈਲੋ ਪੁਰਾਣੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਵੀਰ। ਹਾਂਜੀ ਬਾਈ ਭਿੰਦਰ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਵਧੀਆ ਜੀ, ਕਿਰਪਾ ਤੁਹਾਡੀ ਭਰਾਵਾਂ ਦੀ। ਅਤੇ ਅਸੀਂ ਆਏ ਸੀ ਇੱਥੇ ਆਪਣੇ ਅੱਜ ਅੰਮ੍ਰਿਤਸਰ, ਅਤੇ ਮੈਂ ਸੋਚਿਆ ਚਲੋ ਅੱਜ ਵੀਰ ਨੂੰ ਮਿਲ ਕੇ ਚੱਲਦੇ ਹਾਂ। ਘਰ ਹੀ ਹੋ? ਹਾਂਜੀ ਹਾਂ ਬਾਈ ਜੀ ਘਰੇ ਹਾਂ, ਆਜੋ ਵੈਲਕਮ ਆ ਜੀ। ਠੀਕ ਹੈ ਜੀ, ਬਸ ਬਣਾਓ ਚਾਹ ਚੂਹ, ਆ ਗਏ ਜੀ ਤੁਹਾਡੇ ਕੋਲ। ਸਾਨੂੰ ਲੱਗ ਜੂਗਾ ਜੀ ਕਰੀਬ ਅੱਧਾ ਪੌਣਾ ਘੰਟਾ ਲੱਗ ਜੂਗਾ, ਸੇਖੋਂ ਸਾਹਿਬ ਨਾਲ ਹੀ ਹੈ ਮੇਰੇ ਫਰੀਦਕੋਟ ਤੋਂ। ਠੀਕ ਹੈ ਠੀਕ ਹੈ, ਚੱਲ ਪਏ ਜੀ। ਓਕੇ ਜੀ ਓਕੇ, ਆ ਜਾਓ ਜੀ ਆ ਜਾਓ ਜੀ, ਥੋੜ੍ਹੀ ਵੇਟ ਕਰਦੇ ਹਾਂ। ਉਹ ਵੀ ਚਾਹ ਦੋ ਮਿੰਟ ਬੰਦ ਕਰ ਦਿਓ। ਬਾਈ ਭਿੰਦਰ ਅਤੇ ਸੇਖੋਂ ਸਾਹਿਬ ਫਰੀਦਕੋਟ ਤੋਂ ਆ ਰਹੇ ਆਪਣੇ ਚੱਕੜਾ ਗਰੁੱਪ ਵਾਲਾ, ਬਾਈ ਭਿੰਦਰ ਵੀ ਆ ਰਿਹਾ ਅਤੇ ਚਾਹ ਸਾਰੇ ਇਕੱਠੇ ਹੀ ਪੀਵਾਂਗੇ। ਸਤਿ ਸ਼੍ਰੀ ਅਕਾਲ ਜੀ, ਹੈਲੋ ਠੀਕ ਹੋ ਜੀ ਸਾਰੇ? ਹੋਰ ਕੀ ਬੱਚਾ ਕੈਸੇ ਹੋ? ਆਓ ਜੀ, ਗਏ ਸੀ ਅੰਮ੍ਰਿਤਸਰ। ਅੱਛਾ ਜੀ, ਅਤੇ ਤਾਂਹੀਓ ਫੋਨ ਕੀਤਾ ਸੀ ਮੈਂ, ਅੱਜ ਬਾਈਕ ਘਰੇ ਆ, ਬਹੁਤ ਚੰਗਾ ਚੱਲਦੇ ਹਾਂ। ਹੋਰ ਕੀ ਬਣਾਈ ਜਾਂਦੇ ਹੋ? ਬਾਜੀ ਕੰਮ ਤਾਂ ਸੈੱਟ ਆ ਸਾਰਾ, ਤੁਹਾਡੀ ਵੇਟ ਕਰ ਰਹੀ ਸੀ ਮੈਂ ਕਿਹਾ ਬਾਈ ਜੀ ਪਹੁੰਚ ਰਹੇ। ਬਦਾਮ ਨੂੰ ਪਾ ਰਹੇ ਸੀ? ਬਦਾਮ ਪਾਈ ਆ ਛੱਡਣੇ ਸੀ ਸਵੇਰੇ ਬਾਜੀ। ਠੀਕ ਹੈ, ਸਵੇਰੇ ਪਹੁੰਚ ਵਾਸਤੇ ਬਾਜੀ ਉੱਥੇ ਛੱਡਣੇ। ਠੀਕ ਹੈ ਠੀਕ ਹੈ, ਉਹ ਛੱਡਣੇ ਆ ਦੋ? ਹਾਂਜੀ ਤਿੰਨ ਕਬੂਤਰ ਛੱਡਣੇ ਆ। ਅੱਛਾ ਅੱਛਾ, ਕਿਹੜੀ ਥਾਂ ਬਾਜੀ? ਬੁਰਜ ਵਾਸਤੇ ਬਾਜੀ ਹੈ ਜੀ। ਬੁਰਜਾਂ? ਠੀਕ ਹੈ ਠੀਕ ਹੈ। ਹੋਰ ਤਾਰੇ ਵੀਰ? ਠੀਕ ਹੈ ਠੀਕ ਹੈ ਬਾਜੀ, ਹਾਲ ਆ? ਠੀਕ ਹੈ ਵਧੀਆ ਵਧੀਆ ਵਧੀਆ, ਤੁਸੀਂ ਸੁਣਾਓ ਠੀਕ ਠਾਕ? ਮੌਜਾਂ ਵੀਰ? ਚਲੋ ਗਏ ਸੀ ਅੱਜ ਮੈਂ, ਚਲ ਬਾਈ ਬੇਜਦੀ ਲੰਘਦੇ ਸੀ, ਬਹੁਤ ਚੰਗਾ ਕੀਤਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ 'ਤੇ। ਠੀਕ ਹੈ, ਤੁਹਾਡਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਅੱਜ ਪਹੁੰਚੇ ਹਾਂ ਜੀ ਪਿੰਡ ਪੱਖੀ ਕਲਾਂ, ਬਾਈ ਜੀ ਕੰਤੇ ਦੇ ਘਰ ਜੀ। ਕਾਕਾ ਕੈਨੇਡਾ ਦੇ ਚੱਕੜਾ ਗਰੁੱਪ ਤਾਂ ਮੇਰੇ ਘਰ ਪਹੁੰਚ ਗਏ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ। ਹਾਂਜੀ ਵੀਰ, ਸਭ ਤੋਂ ਪਹਿਲਾ ਸਵਾਲ ਹਾਂਜੀ ਬਾਈ, ਜਿਹੜਾ ਆਪਾਂ ਸਟਾਰਟ ਕਰਦੇ ਹਾਂ ਬਚਪਨ ਤੋਂ, ਜਿਹੜਾ ਤੁਹਾਡਾ ਬਚਪਨ ਇਸੇ ਪਿੰਡ ਦੇ ਵਿੱਚ ਗੁਜ਼ਰਿਆ? ਹਾਂਜੀ ਇਸੇ ਪਿੰਡ ਦੇ ਵਿੱਚ ਗੁਜ਼ਰਿਆ ਜੀ। ਅਤੇ ਜਿਹੜੀ ਆਪਾਂ ਪੜ੍ਹਾਈ ਕੀਤੀ ਹੈ ਉਹ ਅੰਡਰ ਮੈਟ੍ਰਿਕ ਹੈ ਜੀ, ਅੰਡਰ ਮੈਟ੍ਰਿਕ ਇਸੇ ਪੈਸੇ ਪਿੰਡ ਤੋਂ ਕੀਤੀ ਹੈ ਜੀ। ਉਸ ਤੋਂ ਅੱਗੇ ਨਹੀਂ ਪੜ੍ਹੇ? ਉਸ ਤੋਂ ਅੱਗੇ ਪੜ੍ਹੇ ਸੀ, ਥੋੜ੍ਹੀ ਜਿਹੀ ਨਾਂ ਦੀ ਪ੍ਰੋਬਲਮ ਹੋਣ ਕਰਕੇ ਗਾਣੀਆਂ ਜਮਾਤਾਂ ਮੇਰੇ ਕਿਸੇ ਕੰਮ ਨਹੀਂ ਜੀ ਜੀ। ਅਤੇ ਕਿੰਨੇ ਭੈਣ ਭਰਾ ਹੋ ਤੁਸੀਂ? ਅਸੀਂ ਦੋ ਭੈਣ ਭਰਾ ਜੀ, ਦੋ ਭੈਣ ਭਰਾ ਜੀ। ਅਤੇ ਜਿਹੜੇ ਮਾਤਾ ਪਿਤਾ? ਮਾਤਾ ਪਿਤਾ ਜੀ ਹੈਗੇ? ਹਾਂ ਹੈਗੇ ਜੀ। ਅਤੇ ਜਦੋਂ ਪੜ੍ਹਾਈ ਛੱਡਤੀ ਸੀ ਉਸ ਤੋਂ ਬਾਅਦ ਫਿਰ ਕੀ ਤੁਸੀਂ ਖੇਤੀ ਜਾਂ ਕੀ ਕੰਮ ਕੀਤਾ? ਬਾਅਦ ਵਿੱਚ ਥੋੜ੍ਹੀ ਬਹੁਤੀ ਖੇਤੀ ਕੀਤੀ ਜੀ ਨਾਲ ਜੀ। ਉਹ 10 ਸਾਲ ਨਾਲ ਵਾਸਤੇ ਕਨੈਕਟਰੀ ਕੀਤੀ ਜੀ, ਨਾਲ ਕਬੂਤਰਬਾਜ਼ੀ ਕੀਤੀ ਜੀ। ਅਤੇ ਉਸ ਤੋਂ ਇਲਾਵਾ ਜਿਹੜੇ ਤੁਸੀਂ ਸ਼ੌਕ ਪੈ ਗਿਆ ਤੁਹਾਨੂੰ ਕਬੂਤਰਾਂ ਦਾ? ਹਾਂਜੀ ਹਾਂਜੀ ਬਾਈ।
ਉਦੋਂ ਆਪਣੀ ਕਿੰਨੀ ਕੁ ਉਮਰ ਸੀਗੀ ਜਦੋਂ ਕਬੂਤਰਾਂ ਦਾ ਆਪਾਂ ਨੂੰ ਸ਼ੌਕ ਇਹ ਪੈ ਗਿਆ ਸੀ? ਉਮਰ ਨਹੀਂ ਜੀ, ਮੇਰੇ ਤੇ ਬਚਪਨ ਮੇਰੇ ਜਨਮ ਤੋਂ ਪਹਿਲਾਂ ਦੇ ਕਬੂਤਰ ਸਾਡੇ ਘਰੇ ਸੀਗੇ ਜੀ। ਜੀ, ਯਾਨੀ ਕਿ ਤੁਹਾਡੇ ਫਾਦਰ ਦੇ ਰੱਖੇ ਸੀ? ਫਾਦਰ ਦੇ ਰੱਖੇ ਸੀ, ਦਾਦੇ ਦੇ ਰੱਖੇ ਸੀ ਜੀ। ਕੀ ਨਾਮ ਸੀ ਉਹਨਾਂ ਦਾ? ਕਿਰਪਾਲ ਸਿੰਘ ਜੀ। ਕਿਰਪਾਲ ਸਿੰਘ, ਚਲੋ। ਬਾਜੀਆਂ ਛੱਡਦੇ ਸੀ ਜਾਂ ਵੈਸੇ ਉਹਨਾਂ ਨੇ ਕੋਈ ਸ਼ੌਕ ਨੂੰ ਰੱਖੇ ਸੀ? ਨਹੀਂ, ਉਹਨਾਂ ਨੇ ਸਾਡੇ ਘਰ ਦੇ ਵਿੱਚ ਲਾਤਾ ਵਾਧਾ ਨਹੀਂ ਸੀਗਾ ਜੀ ਕਬੂਤਰਾਂ ਬਿਨਾਂ ਜੀ। ਕਿਸੇ ਸੰਤ ਨੇ ਰਖਵਾਏ ਸੀਗੇ, ਉਹਨਾਂ ਨੇ ਕੋਈ ਬਾਜੀ ਨਹੀਂ ਛੱਡੀ ਜੀ ਜੀ। ਕਿਤੇ ਮੈਨੂੰ ਹੀ ਸ਼ੌਕ ਪੈ ਗਿਆ, ਮੈਂ ਬਾਈ ਸਾਈ ਕੋਲੇ ਜਾਣ ਲੱਗ ਪਿਆ ਤੇ ਉਹਨਾਂ ਨੂੰ ਬਾਜੀਆਂ ਛੱਡਦੇ ਦੇਖ ਕੇ ਮੇਰਾ ਵੀ ਦਿਮਾਗ 'ਚ ਆਈ ਵੀ ਆਪਾਂ ਵੀ ਬਾਜੀਆਂ ਛੱਡੀਏ ਜੀ, ਕਿ ਵਧੀਆ ਬਿਜ਼ਨਸ ਆ, ਵਧੀਆ ਨਾਂ ਬਣ ਜੂਗਾ ਜੀ। ਸੋ ਉਹਨਾਂ ਨੂੰ ਦੇਖ ਕੇ ਹੀ ਪਹਿਲਾਂ ਕੁਛ ਸਾਲ ਮੈਂ 14-15 ਸਾਲ ਲਗਾਤਾਰ ਬਾਈ ਕੋਲ ਹੀ ਜੋ ਵੀ ਕੀਤਾ ਕਤਾਇਆ ਸਾਰਾ ਬਾਈ ਸਾਈ ਨਾਲ ਰਹਿ ਕੇ ਕੀਤਾ। ਉਦੋਂ ਬਾਅਦ ਦੇ ਵਿੱਚ ਬਾਹਰ ਜਾਣ ਪਛਾਣ ਹੋ ਗਈ ਜੀ ਅਤੇ ਬਾਹਰ ਹੋਰ ਲੋਕਾਂ ਨਾਲ ਮਿਲਣ ਵਰਤਨ ਹੋ ਗਿਆ। ਕਬੂਤਰ ਪਾਸੋਂ ਲੈ ਜਾਂਦੇ, ਕੁਛ ਬਾਈ ਕਾ ਤੋਂ ਪਹਿਲਾਂ ਲੈ ਜਾਂਦੇ। ਫਿਰ 1 ਸਾਲ ਬਿਮਾਰੀ ਪੈ ਗਈ, ਪੰਡਤ ਨੇ ਇਹਨੇ ਕਬੂਤਰ ਫੜ ਕੇ, ਮੁੰਡਾ ਆਪਣੇ ਵਿੱਚ ਹੀ ਖੜਾ, ਬਿਮਾਰੀ ਵਾਲਾ ਕਬੂਤਰ ਇੱਕ ਲਿਆ ਕੇ ਤਾੜਦਾ ਸੀਗਾ ਜੀ। ਉਹਦੇ ਨਾਲ ਸਾਰੇ ਕਬੂਤਰ ਮੇਰੇ ਖਤਮ ਹੋ ਗਏ ਸੀ ਜਿੰਨੇ ਵੀ ਪਹਿਲਾਂ ਮੇਰੇ ਕੋਲ ਸੀਗੇ। ਫਿਰ ਮੈਂ 5 ਸਾਲ ਜਦੋਂ ਵੀ ਕੋਈ ਵੀ ਹਿੱਸਾ ਨਹੀਂ ਲਿਆ ਚੱਜ ਨਾਲ, ਉਹਦੇ ਬਾਅਦ 'ਚ ਪਾਸੇ ਵਾਲੇ ਕਬੂਤਰ ਸਾਂਭਣ ਲੱਗ ਪਿਆ। ਉਹਦੇ 'ਚੋਂ ਜਾਣੀ ਚੰਗਾ ਪ੍ਰੋਫਿਟ ਕੀਤਾ ਮੈਂ, ਬਹੁਤ ਬਾਜੀਆਂ ਪਾਸੇ ਵਾਲੇ ਕਬੂਤਰ ਛੱਡ ਕੇ ਹੀ ਮੈਂ ਆਪਦਾ ਨਾਂ ਬਣਾਇਆ। ਮੇਰੇ ਆਪਦੇ ਘਰੋਂ ਬਾਜੀਆਂ ਬਹੁਤ ਹੀ ਘੱਟ ਉੱਡੀਆਂ ਜੀ। ਜਦੋਂ ਪਹਿਲੀ ਬਾਜੀ ਤੁਸੀਂ ਛੱਡੀ ਆ ਜਾਂ ਤੁਸੀਂ ਦੱਸਿਆ ਵੀ ਸਾਈਂ ਦੇ ਘਰੇ ਜਾਣ ਲੱਗ ਪਏ, ਹਾਂਜੀ, ਕਿੰਨੀ ਕੁ ਉਮਰ ਸੀ ਉਦੋਂ ਤੁਹਾਡੀ? ਉਦੋਂ ਮੇਰੀ ਉਮਰ ਹੋਊ ਜੀ ਕੋਈ 17 ਸਾਲ ਦੀ। 17 ਸਾਲ ਦੀ ਉਮਰ ਸੀ। ਉਹਨਾਂ ਦੇ ਜਦੋਂ ਘਰੇ ਜਾਂਦੇ ਸੀ ਅਤੇ ਕਬੂਤਰ ਦੇਖਦੇ ਸੀ, ਉਹਨਾਂ ਦੇ ਨਾਲ ਹੈਲਪ ਵੀ ਕਰਾਉਂਦੇ ਸੀ, ਬਦਾਮ ਪਾ ਤੇ ਗਏ, ਸਾਰਾ ਕਰਦਾ ਸੀਗਾ ਜੀ। ਬਾਜੀਆਂ 'ਤੇ ਵੀ ਮੈਂ ਜਾਂਦਾ ਸੀ ਜੀ, ਜੋ ਵੀ ਸੀ ਉਹ ਮੇਰੇ ਥਰੂ ਸੀ ਅਤੇ ਕਬੂਤਰ ਸਾਰਿਆਂ ਦੀ ਮੈਨੂੰ ਜਾਣਕਾਰੀ ਸੀਗੀ ਜੀ। ਕਿਉਂਕਿ ਬਾਈ ਮੈਥੋਂ ਲੁਕਾਉਂਦਾ ਨਹੀਂ ਸੀ ਕੁਛ ਵੀ, ਦੱਸਦਾ ਵੀ ਕੁਛ ਨਹੀਂ ਸੀ ਅਤੇ ਲੁਕਾਉਂਦਾ ਵੀ ਕੁਛ ਨਹੀਂ ਸੀ ਜੀ। ਜੋ ਵੀ ਕਰਦਾ ਸੀ ਮੇਰੇ ਸਾਹਮਣੇ ਕਰਦਾ ਸੀ ਅਤੇ ਦੱਸਦਾ ਇਹ ਨਹੀਂ ਸੀ ਵੀ ਆਹ ਚੀਜ਼ ਆ ਉਹ ਨਹੀਂ, ਦੱਸਣਾ ਕੁਛ ਨਹੀਂ ਜੀ, ਕਰਨਾ ਕੁਛ ਨਹੀਂ, ਕਰਾਉਣਾ ਵੀ ਮੇਥੋਂ ਆ ਅਤੇ ਮੈਨੂੰ ਦੱਸਣਾ ਵੀ ਕੁਛ ਨਹੀਂ। ਮਤਲਬ ਜੋ ਪਾਣੀ ਵਗੈਰਾ ਕੋਲ ਜੋ ਵੀ ਸੀ ਸਾਹਮਣੇ ਸਾਰਾ ਕੁਛ ਮੇਰੇ ਕੋਲ, ਮੇਰੇ ਕੋਲ ਹੀ ਹੁੰਦਾ ਸੀਗਾ ਜੀ। ਪਰ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਇਹਦੇ ਵਿੱਚ ਕੀ ਆ। ਤੁਸੀਂ ਕਦੇ ਪੁੱਛਿਆ ਵੀ ਨਹੀਂ? ਨਹੀਂ, ਮੈਂ ਕਦੇ ਪੁੱਛਿਆ ਵੀ ਨਹੀਂ ਜੀ। ਉਸ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਨਾਲ ਤਾਂ ਕਬੂਤਰ ਉਡਾਏ, ਆਪ ਬਾਜੀਆਂ ਛੱਡਣ ਲੱਗੇ, ਉਹ ਕਿਹੜੇ ਸਨ 'ਚ ਛੱਡਣ ਲੱਗੇ ਜਦੋਂ ਆਪਦੇ ਮਤਲਬ ਤੁਸੀਂ ਅਲੱਗ ਬਾਜੀਆਂ ਛੱਡੀਆਂ? ਸਨ ਜੀ ਦੇਖ ਲਓ ਵੀ ਅੱਜ ਤੋਂ ਮੈਨੂੰ 25 ਸਾਲ ਸ਼ੁਰੂ ਹੋ ਜਾਣਾ ਜੀ, ਇਸ 20 ਵਿਸਾਖ ਤੋਂ ਜੀ। ਪਹਿਲੀ ਬਾਜੀ ਮੈਂ ਨਾਲ ਦੇ ਪਿੰਡ ਇੱਥੋਂ 4 ਕਿਲੋਮੀਟਰ 'ਤੇ ਭਾਗ ਥਲੇ ਪਿੰਡ ਛੱਡੀ ਜੀ 20 ਵਿਸਾਖ ਨੂੰ ਜੀ। 37 ਕਬੂਤਰ ਛੁੱਟੇ ਸੀ ਉਸ ਦਿਨ, 3 ਵਜੇ ਉਹ ਬਾਜੀ ਮੁੱਕੀ ਸੀ। ਮੈਨੂੰ ਕੁਛ ਨਹੀਂ ਪਤਾ ਸੀ, ਮੈਨੂੰ ਇਕੱਲਾ ਇਹ ਪਤਾ ਸੀ ਵੀ ਕਬੂਤਰ ਨੂੰ ਬਦਾਮ ਦੇ ਦਈਦੀ ਹੈ ਜੀ, ਸ਼ਾਮ ਨੂੰ ਪਾਣੀ ਦੇ ਨਾਲ ਕੀ ਦੇ ਕੇ ਪੈ ਜਾਈਦਾ, ਇਹ ਕੁਛ ਸੀਗਾ ਜੀ। ਬਾਈ ਨੂੰ ਮੈਂ ਫੜਾਇਆ, ਰੱਬ ਜਾਣਦਾ ਵੀ ਉਹਨੇ ਕੀ ਦਿੱਤਾ ਸੀ ਉਹਨੂੰ ਕੀ ਨਹੀਂ ਜੀ। 3:15 ਵਜੇ ਬਾਜੀ ਰਾਜਾਂ ਦਾ ਤਲਵੰਡੀ ਕੋਲ ਰਾਜ ਪਿੰਡ ਆ, ਧੰਨਾ ਸਿੰਘ ਅਤੇ ਰੂਮੀ ਵਾਲਿਆਂ ਨਾਲ ਬਿੰਦਰਕਿਆਂ ਨਾਲ ਮੰਡੀ ਗਈ। 100% ਬਿੰਦਰਕੇ ਸੀ ਜੀ ਅਤੇ ਉਹਨਾਂ ਨਾਲ ਮੰਡੀ ਗਈ। ਉਸ ਦਿਨ ਮੇਰੀ ਕਬੂਤਰੀ ਰਾਤ ਨੂੰ ਨਹੀਂ ਬੈਠੀ ਸੀਗੀ, 3:30 ਵਜੇ ਬਾਜੀ ਜਿੱਤ ਕੇ ਰਾਤ ਨੂੰ ਨਹੀਂ ਬੈਠੀ ਸੀ। ਫਿਰ ਨਾਲ ਦੇ ਪਿੰਡ ਦੇ ਚੱਕ ਕੇ ਲੈ ਗਏ ਕਾਕਾ ਸਿਉਂਕੇ। ਉਦੋਂ ਬਾਅਦ ਅਗਰ ਮਹਾਰਾਜ ਦੀ ਕਿਰਪਾ ਹੁੰਦੀ ਕਿ 440 ਦਿਆ ਜੀ। ਮਤਲਬ ਜਿਹੜਾ ਤੁਹਾਡੇ ਪਿੰਡ ਦਾ ਨਾਂ ਕੰਤਾ, ਜਿੱਥੋਂ ਤੁਹਾਡਾ ਨਾਂ ਮਸ਼ਹੂਰ ਹੋਇਆ, ਹਾਂਜੀ, ਕੰਤਾ ਪੱਖੀ ਬਾਵਾ, ਉਹ ਉਸੇ ਬਾਜੀ 'ਚੋਂ ਹੋ ਗਿਆ ਸੀ ਜਾਂ ਕੋਈ ਹੋਰ ਬਾਜੀ? ਨਹੀਂ ਬਾਈ ਜੀ, ਉਦੋਂ ਬਾਅਦ ਉਹ ਤਾਂ ਮੇਰੀ ਸਟਾਰਟਿੰਗ ਹੀ ਸੀ ਜੀ। ਉਸ ਟਾਈਮ 'ਤੇ ਕੰਤੇ ਨੂੰ ਕੋਈ ਨਹੀਂ ਜਾਣਦਾ ਸੀ ਜੀ। ਉਹ ਤਾਂ ਮੈਂ ਕਹਿੰਦਾ ਵੀ ਮੈਂ ਜਿੱਤਿਆ ਸੀ, ਪਰ ਲੋਕ ਤਾਂ ਇਹੀ ਕਹਿੰਦੇ ਵੀ ਸਾਈਂ ਦਾ ਕਬੂਤਰ ਜਿੱਤ ਗਿਆ ਜੀ। ਕਿਉਂਕਿ ਉਹ ਤਾਂ ਜੇ ਹੁਣ ਮੈਂ ਕਹਾਂ ਵੀ ਉਹਦੇ ਮੈਂ ਜਾਣਦਾ ਸੀ, ਉਸ ਦਿਨ ਮੈਨੂੰ ਕੋਈ ਵੀ ਨਹੀਂ ਪਤਾ ਨਹੀਂ ਜਾਣਦਾ ਤਾਂ। ਤੁਹਾਡਾ ਨਾਂ ਕਿਹੜੀ ਬਾਜੀ ਤੋਂ ਪਿਆ ਜਿੱਥੋਂ ਤੁਹਾਡੀ ਪਹਿਚਾਣ ਬਣੀ ਕਿ ਕੰਤਾ ਵੀ ਕੋਈ ਸਾਈਂ ਦੇ ਪਿੰਡ ਦਾ ਹੈ ਪੱਖੀ ਵਾਲਾ, ਵੀ ਜਿਹੜਾ ਕੋਈ ਕਬੂਤਰਬਾਜ਼ ਨਵਾਂ ਖਿਡਾਰੀ ਹੋਇਆ, ਕਿਹੜੀ ਬਾਜੀ ਸੀ ਉਹ? ਬਾਜੀ ਜੀ ਜਿਹੜੀ ਤਾਂ ਮੈਂ ਦੁਸਰ ਜਿੱਤਿਆ ਸਭ ਤੋਂ ਪਹਿਲੀ ਜੀ, ਤਾਂ ਅਰਦਾਸੇ ਪਿੰਡ ਤੋਂ ਜਿੱਤਿਆ ਜੀ ਜੀ। ਢੀਮਾਂ ਵਾਲਿਓ ਕਬੂਤਰ ਸੀਗਾ ਜੀ, ਮੇਰਾ ਆਪਦਾ ਨਹੀਂ ਸੀਗਾ ਜੀ, ਉਹ ਕਬੂਤਰ ਮੈਂ ਪਹਿਲਾਂ ਸਾਂਭਿਆ ਅਤੇ ਰਾਣੇ ਨੇ ਜਿਹੜਾ ਮੁੰਡਾ ਸੇਬੀ ਦੇ ਨਾਲ ਹੁੰਦਾ ਕੜਿਆਲ ਵਾਲਾ ਜੀ, ਉਹਨੇ ਮੈਨੂੰ ਪੁੱਛਿਆ ਕਹਿੰਦਾ ਵੀ ਇਹ ਕਿਹਦਾ ਮੌਤ ਲੱਗਦਾ? ਮੈਂ ਕਿਹਾ ਵੀ ਮੌਤ ਨਹੀਂ ਲੱਗਦਾ, ਸਵੇਰੇ ਮੌਤ ਬਣਦਾ ਤੁਹਾਡੀ ਸਾਰਿਆਂ ਦੀ। ਅਤੇ ਸਵੇਰੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਵੀ ਮੈਂ ਬਾਜੀ ਜਿੱਤ ਲੈਣੀ ਹੈ ਜੀ। ਉਹ ਤੋਂ ਪਹਿਲਾਂ ਮੈਂ 4 ਦੋਸਰਾਂ ਲਗਾਤਾਰ ਬਾਈ ਸਾਈਂ ਥੱਲੇ ਅਤੇ ਸੇਬੀਆਂ ਥੱਲੇ ਹੀ ਹਰਿਆ ਸੀਗਾ। ਉਸ ਦਿਨ ਮੈਂ ਇਹਨਾਂ ਨੂੰ ਕੋਈ 35-40 ਮਿੰਟ ਮੇਰਾ ਕਬੂਤਰ ਵੱਧ ਉੱਡਿਆ ਸਾਰੀ ਬਾਜੀ ਜਿੱਤ ਕੇ। ਬਾਜੀ ਮੇਰੀ 22 ਕਿਆਂ ਨਹੀਂ ਸਾਂਝੀ ਹੋਈ ਫਿਰ ਸਾਈਂ ਕਿਆਂ ਜੀ। ਉਸ ਦਿਨ ਮੈਂ ਪਹਿਲੀ ਸਟਾਰਟਿੰਗ 'ਤੇ ਸੇਬੀਆਂ ਨੂੰ ਮੈਂ ਹਰਾਇਆ। ਮੈਂ ਕਿਹਾ ਵੀ ਨਹੀਂ ਬਾਜੀ ਹੁੰਦੀ ਸੀ, 4 ਥਾਈਂ ਵੀ ਹੁੰਦੀ ਸੀਗੀ ਅਤੇ ਸਾਡੇ ਮਾਂਡੇ ਵਾਲਾ ਸੀਗਾ ਅਤੇ ਜੂੜੀ ਸਾਡੇ ਇਹ ਨਹੀਂ ਮੰਨੇ, ਕਹਿੰਦੇ ਵੀ ਨਹੀਂ ਬਾਜੀ ਕਰਨੀ ਹੈ। ਉਸ ਦਿਨ ਤੋਂ ਬਾਅਦ ਤਾਂ ਫਿਰ ਸਾਡਾ ਚਲੋ 440 ਰਿਹਾ ਜੀ।
थोड़ा बहुत लोग जानन लग पे सेबी क्या तो अलावा बी जो पिंड बुजुर्ग खिडारी है उन्होंने अलावा होर भी खिडारी हो गए उस बाजी के। हाँ बई खिडारी उस बाजी बहुत सी पर दूसर दे उस टाइम के मार ज़्यादा बई सी बई साई ज़्यादा मार सी उस दिनों के बई साई की दूसर सब तो ज़्यादा चंगी मनी गई सी तो सब तो वह दूसरा जी मेरी निगाह के बई साई जित है चेला बनया डैडी ने मेनू कहा बजुर्ग बंदा मेनू कहता भी इस तरह करके तेरे सहरे हरियाणे आ तू उस एरिए तुरै फिर जी इस पिंड की पड़ताल करके इन्ह बंद लभ जमेर सिंह होर ने वो मैं पड़ताल की घट तो घट भी मैं बाला नहीं कह सकता गा कि उन्होंने को मैं 100 तो नहीं 95 गेड़े मारे होणगे खेड पुछण वास्ते जी वो बजुर्ग नूं कन्नां तों नहीं सुणदा सी वो मैनूं पछाण लैंदा सी गए नूं कोई उस टाइम च उन्हां दी 90-92 साल 95 साल उम्र सी उन्होंने बेटा के दसण मुताबिक उन्होंने मैनू जो दसिया किया गोलियां का एक परचा दिता एक पानी का दिता जी वो बाद दे वेच वो मेरे बड़ा रास आया बड़ा चंगा काम चलिया तो उस तो पहला मैनू कुछ समान रेशम कोट सुखिए ने लगाया वो नाल भी मेरिया मैं जानी बहुत चंगिया बाजिया जितिया ना बनता बनता कई थावान तो संजोग मिलया जिमें बई बैठे बई तारा कोठा गुरु बैठे आ बिल्ला सिखो पुराना मेरे ना बहुत चिरदा वर्तदा है इन्होंने बंदा का बड़ा मैनू संजोग रहा होर भी कई बंदे विचों है जिन्हों का मैनू संजोग मिलया ये बूंद बूंद का समुद्र भरता भरता एक दिन पंता पक्की बन उस तो बाद गुरु तुम धारिया जो उन्होंने सिखाया सी तुहाडे दसण के मुताबिक काफ़ी तुम बाजियां जितियां उस तो बाद तुहाडे भी चेले बनने स्टार्ट हो गए सी किहड़े सन च हो गए सी जदों तुहाडा नाम मतलब पूरा टॉप ते आ गया सी कोई तू 10 साल पहला ला लो जी जी जो कि चेलिया के तौर पर तो नहीं पहला तीर्थ पक्षी तो चंगे वधिया हिस्से लिया जाता बाजिया चंगी जिदा उन्होंने मैं आपके घर के हालात वेख के ही सारा कुछ दसिया भी इस तरह नहीं इस तरह कर लिया कर उदू बाद कई चेले बाए तो 6 महीने रेंदे बस लड़ पेंदे जी सानू कोई सही नहीं दसदा आप कुछ होर कर दो भज जाते उदो बाद ज़्यादा नेड़े मेरे तो हूँ तारा द्यौन तो गिल कोट सुखिया तो लखा माला यही ज़्यादा नेड़े आ तो हूँ चेले तो जानी हूँ मैं तुम्हें कह नहीं सकता भी किन्ने बने फिरते हैं जेने कि कुछ टाइम लिए बनते कोई साल कटदा कोई 2 साल कटदा तो बाद गाल ही कटते ही भज जाते सब की कारण रहा है उन्होंने कोई उत्तर नहीं देंगे या उन्होंने तो संभाल नहीं होंगी जोड़ा ये मतलब आप मिल रहा कल थोड़े नाल नहीं पंजाब दे विच की तुसी इंडिया दे विच जिथे मर्जी चल जाओ 100 मगर एक चेला ही है जिहड़ा गुरु मानदा नहीं भजन वाले है की कारण है मेन इस चीज़ का। भाई जी मेरा तो कहना यह है भी उन्होंने आपका दिमाग ही घट है जी कि आपका दिमाग पूरा काम करता है पूरी संभाल करता है उन्होंने कोई नहीं रोक सकता खिडारी बन तो जो हूँ अज के दौर से व्हाट्सएप से जोर रखता या मोबाइल से रखता है ज रिकॉर्डिंग पाने रखता है ਉਹਨੂੰ ਤਾਂ ਨਾ ਇੱਥੇ ਢੋਈ ਹੈ ਜੀ ਨਾ ਪਹਿਲਾਂ ਢੋਈ ਹੈ ਅਤੇ ਨਾ ਗਾਂਹ ਢੋਈ ਹੈ ਜੀ ਉਹ ਜਿੱਥੇ ਮਰਜ਼ੀ ਜਾਵੇ ਜਿਹਦਾ ਮਰਜ਼ੀ ਚੇਲਾ ਬਣ ਜਾਵੇ ਬਿਲਕੁਲ ਉਹ ਬੰਦਾ ਪਿੱਛੇ ਹੀ ਰਹੂਗਾ ਕਿਉਂਕਿ ਸਟਾਰ ਉਹ ਘਵਾਊਗਾ ਜਿਹਦੇ ਕਬੂਤਰ ਉੱਡਣ ਭਾਜੀ ਜਿਹਦੇ ਕਬੂਤਰ ਉੱਡਣਗੇ ਅਤੇ ਉੱਡਣਗੇ ਉਸਦੇ ਜਿਹੜਾ ਸਾਧਗਰੀ ਨਾਲ ਕਬੂਤਰ ਭਾਜੀ ਕਰੂਗਾ ਸਾਫ ਸੁਥਰੀ ਕਰੂਗਾ ਉਹਦੀ ਪਰਮਾਤਮਾ ਵੀ ਉਹਦਾ ਸਾਥ ਦੇਊਗਾ ਇਹ ਨਹੀਂ ਵੀ ਨਹੀਂ ਜੇ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਨਸਲ ਦੀ ਹਾਂਜੀ ਤੁਹਾਡੇ ਕੋਲ ਇਸ ਟਾਈਮ ਕਿੰਨੀਆਂ ਨਸਲਾਂ ਕਬੂਤਰਾਂ ਦੀਆਂ ਇਸ ਟਾਈਮ ਮੇਰੇ ਕੋਲ ਜੀ 3 ਨਸਲਾਂ ਕਿਹੜੀਆਂ 3-3 ਨਸਲਾਂ ਉਹ ਆਪਣੇ ਹੁਣ ਕੋਲ 3 ਨਸਲਾਂ ਜੀ ਦੇਖੋ ਜਿਹੜੇ ਤਾਂ ਕਬੂਤਰ ਸਾਡੇ ਕੋਲ ਸ਼ਾਖ ਆ ਕਹਿਰਾਂ ਅਤੇ ਦੂਸਰਾਂ ਦੋਨੇ ਪਾਰਟੀ ਉੱਡਦੇ ਆ ਜੇ ਅਸੀਂ ਉਹਨੂੰ ਹੁਣ ਝੂਠ ਮਾਰੀਏ ਕਹੀਏ ਵੀ ਇਹ ਮੀਰਾ ਬਣ ਗਏ ਆ ਉਹਨਾਂ ਦਾ ਸਾਡੇ ਕੋਲ ਮੁੱਢ ਸਿਰਾ ਕੋਈ ਨਹੀਂ ਗਾ ਉਹ ਸਰਦਾਰ ਜਸਵੀਰ ਸਿੰਘ ਬਾਦਲ ਦੀ ਕਬੂਤਰੀ ਚੱਕੀ ਸੀ ਬੰਬੀਏ ਬਾਜੀ ਛੁੱਟੀ ਅਤੇ ਕਬੂਤਰ ਛਿੰਦੇ ਮੋੜਕਾ ਉਹਦੇ ਵੈਸੇ ਤਾਂ ਮੋੜਾਂ ਵਾਲੇ ਸਾਰੇ ਹੀ ਕਹਿੰਦੇ ਆ ਵੀ ਉਹ ਕਹਿੰਦਾ ਮੇਰਾ ਸਾਰੇ ਮਾਲਕ ਚੰਦ ਬਾਜੇ ਬਾਜੀ ਛੁੱਟ ਕੇ ਜੰਡ ਵਾਲੇ ਪਿੰਡ ਚਲਾ ਗਿਆ ਜੰਡ ਵਾਲੇ ਤੋਂ ਚਲਾ ਗਿਆ ਮੰਡ ਵਾਲੇ ਉੱਥੇ ਫੜ ਲਿਆ ਗੇਲੇ ਹੋਰਾਂ ਨੇ ਉੱਥੋਂ ਗੇਲੇ ਕੇ ਗੁੱਡੇ ਜੂ ਨਿਕਲਿਆ ਅਤੇ ਸਾਡੇ ਸੀਰੇ ਕੋਲ ਚਲਾ ਗਿਆ ਜੀ ਸੀਰਾ ਮੰਡ ਵਾਲਾ ਉਹਦਾ ਨਾਂ ਬਹੁਤ ਚੱਲਿਆ
ਹੁਣ ਤਾਂ ਵਿਚਾਰਾ ਇਸ ਦੁਨੀਆਂ 'ਤੇ ਨਹੀਂ ਰਿਹਾ। ਉਹਦੇ ਘਰ ਉਹ ਕਬੂਤਰੀ ਜਸਵੀਰ ਬਾਦਲ ਦੀ ਦਮੀ ਉਹ ਲੈ ਕੇ ਆਉਂਦੀ ਚੱਕ ਕੇ ਅਸੀਂ ਉਹ ਮਿਲਾਈ, ਉਹਦੇ ਤੋਂ ਬਣ ਗਏ ਜੀ ਸ਼ਾਹ ਖੇ ਕਬੂਤਰ। ਇਹ ਜਿਹੜੀ ਸਾਡੇ ਕੋਲ ਦੂਜੀ ਨਸਲ ਆ ਵੀ ਪੁੰਨੂ ਵਾਲੇ ਲਾ ਲਓ ਚਾਹੇ ਉਹ ਚਾਹੇ ਹੋਰ ਲਾ ਲਓ, ਉਹ ਕਬੂਤਰ ਸਾਡੇ ਕੋਲ ਆਏ ਨੰਬਰਦਾਰ ਦੇ ਘਰੋਂ ਲੰਘਿਆ ਨੇ ਕਬੂਤਰ, ਅਸੀਂ ਉਹਦੇ ਨਾਲ ਦਾ ਲਾਤਾ ਕਬੂਤਰੀ ਉਹਦੇ ਕੋਲੋਂ ਲੈ ਕੇ ਆਉਂਦੀ ਆ, ਉਹ ਬਣ ਗਏ ਸਾਡੇ ਇੱਕ ਦਿਨ ਵਾਲੇ। ਉਹ ਸਾਡੇ ਕਬੂਤਰ ਦੂਸਰ ਨਹੀਂ ਉੱਡਦੇ, ਜਿਹੜੇ ਸਭ ਤੋਂ ਮਸ਼ਹੂਰ ਜ਼ਿਆਦਾ ਮਸ਼ਹੂਰ ਕਬੂਤਰ ਆ ਵੀ ਜਿਹਨਾਂ ਨੂੰ ਲੋਕ ਧੰਨੇ ਵਾਲੇ ਜਾਂ ਰਾਜਨ ਵਾਲੇ ਕਹਿੰਦੇ ਆ, ਉਹ ਆ ਭਾਈ ਸਾਹਿਬ ਬੈਠੇ ਆ ਤਾਰਾ ਸਿੰਘ ਕੋਠਾ ਗੁਰੂ, ਉਹ ਸਾਰੇ ਮੈਂ ਇਹਨਾਂ ਨਾਲ ਠੱਗੀ ਧੋਖਾ ਕਰਕੇ ਇਹਨਾਂ ਤੋਂ ਲੈ ਜਾਂਦਾ। ਤੁਹਾਡਾ ਜ਼ਿਕਰ ਕੀਤਾ ਜੀ ਇਹਨਾਂ ਨੇ, ਕੀ ਠੱਗੀ ਮਾਰੀ ਤੁਹਾਡੇ ਨਾਲ, ਕੀ ਧੋਖਾ ਕੀਤਾ, ਤੁਸੀਂ ਵੀ ਪਾਓ ਚਾਨਣਾ ਅੱਜ ਆਏ ਸਾਡਾ। ਸਭ ਤੋਂ ਪਹਿਲਾਂ ਤਾਂ ਆਪਦੀ ਇੰਟਰੋ ਦਿਓ, ਕਿੱਥੋਂ ਤੁਸੀਂ, ਕੀ ਆਪਣੇ ਰਿਲੇਸ਼ਨ ਆ ਬਾਈ ਜੀ ਨਾਲ, ਸਭ ਤੋਂ ਪਹਿਲਾਂ ਤਾਂ ਪਿੰਡ ਨਾਲ ਅਤੇ ਰਿਲੇਸ਼ਨ ਦੱਸੋ ਬਾਈ ਜੀ ਨਾਲ, ਕੀ ਹੈ ਤੁਹਾਡਾ? ਮੇਰਾ ਪਿੰਡ ਕੋਠਾ ਗੁਰੂ ਜੀ ਜੀ, ਪੱਕਾ ਨਾਮ ਮੇਰਾ ਅਵਤਾਰ ਸਿੰਘ ਆ ਜੀ, ਮੈਂ ਤਾਰੇ ਤਾਰੇ ਨਾਲ ਸਾਰੇ ਲੋਕ ਕਬੂਤਰ ਬਾਈ ਜੀ ਜਾਣਦੇ ਆ। ਅਸੀਂ ਕੁਹਾਰ ਵਾਲੇ ਪਿੰਡ ਸੀ ਬਾਜੀ ਅਤੇ ਮੈਂ ਅਤੇ ਕੁਲਵੰਤ ਇਕੱਠੇ ਹੋ ਗਏ, ਉੱਥੇ ਬਸ ਮੇਲਾ ਗੇਲਾ ਹੋਇਆ, ਸਾਡਾ ਭਰਾ ਮਾਂ ਨਾਲੋਂ ਵੀ ਵੱਧ ਅੱਜ ਪਿਆਰ ਹੋ ਗਿਆ। ਉਦੋਂ ਬਾਅਦ ਕਬੂਤਰਾਂ ਦਾ ਲੈਣ ਦੇਣ ਬਾਈ ਜੀ ਮੇਰੇ ਕੋਲ ਗਏ ਨੇ ਵੀ ਸਾਨੂੰ ਧੰਨੇ ਵਾਲੇ ਕਬੂਤਰਾਂ 'ਚ ਕਬੂਤਰ ਦੇ, ਮੈਂ ਕਿਹਾ ਜਿਹੜੇ ਮਰਜ਼ੀ ਲੈ ਜਾਓ, ਮੈਂ ਤਾਂ ਕਬੂਤਰ ਵੀ ਲਏ ਪਰ ਮੈਂ ਵੀ ਲੈ ਲੂ ਜਾਂਦਾ ਇਹਨਾਂ ਤੋਂ ਜੇ ਕਿਤੇ ਲੋੜ ਪਵੇ। ਜ਼ਿਆਦਾਤਰ ਕਬੂਤਰ ਧੰਨੇ ਵਾਲੇ, ਮੈਂ ਧੰਨੇ ਦੇ ਨਾਲ ਸਾਡੇ ਬਜ਼ੁਰਗਾਂ ਦੀ ਲਿਹਾਜ਼ ਸੀਗੀ ਪਹਿਲਾਂ ਤੋਂ। ਜਿਹੜੇ ਲੋਕ ਆਮ ਲੋਕ ਕਹੀ ਜਾਂਦੇ ਮੇਰੇ ਕੋਲ ਲਾਲਚੀ ਨੇ ਚਿੱਟੀਆਂ ਅੱਖਾਂ ਦੇ ਵੇਖ ਕੇ ਮੇਰੇ ਕੋਲ ਧੰਨੇ ਵਾਲੇ ਜੀ, ਮੇਰੇ ਕੋਲ ਧੰਨੇ ਵਾਲੇ, ਹਰੇਕ ਧੰਨੇ ਵਾਲੇ ਪੁੱਤਰ ਨੇ, ਹਰੇਕ ਪੁੰਨੂ ਵਾਲੇ ਪੁੱਤਰ ਨੇ। ਧੰਨੇ ਤੋਂ ਪਹਿਲਾਂ ਅਸੀਂ ਪੁੱਤਰ ਕੁਛ ਪੁੱਤਰ ਅਸੀਂ ਧੰਨੇ ਤੋਂ ਮੁੱਲ ਵੀ ਲਏ ਸੀ, ਉਦੋਂ ਸਾਨੂੰ ਐਂ ਨਹੀਂ ਸੀ ਪਤਾ ਵੀ ਸਾਡੇ ਬਜ਼ੁਰਗਾਂ ਦੀ ਉਹਦੇ ਨਾਲ ਇੰਨੀ ਲਿਆ ਜਾਓ। ਸਾਡੇ ਤਿੰਨ ਪੁਸ਼ਤਾਂ ਤੋਂ ਸਾਡੇ ਗਾਂਹ ਪਰਦਾਦੇ ਪੁੱਤਰ, ਉਦੋਂ ਬਾਅਦ ਸਾਡੇ ਬਜ਼ੁਰਗਾਂ ਨੂੰ ਪੁੱਤਰਾਂ ਦਾ, ਉਹ ਵੀ ਬਾਜ਼ੀਆਂ ਛੱਡਦੇ ਰਹੇ, ਉਹ ਵੀ ਕਬੂਤਰ ਉਡਾਉਂਦੇ ਰਹੇ। ਉਦੋਂ ਬਾਅਦ 'ਚ ਉਹਨਾਂ ਦਾ ਫਿਰ ਗੈਪ ਪੈ ਗਿਆ, ਅਸੀਂ ਪੰਜ ਭਾਈ ਸੀ ਕਿ ਮੇਰੇ ਬੱਚੇ ਖਰਾਬ ਹੋ ਜਾਣਗੇ, ਫਿਰ ਉਹਨਾਂ ਨੇ ਕਬੂਤਰ ਛੱਡਤੇ ਵੀ ਜੀ। ਹੌਲੀ ਹੌਲੀ ਸਾਨੂੰ ਸ਼ੌਕ ਪੈਂਦਾ ਪੈਂਦਾ ਫਿਰ ਅਸੀਂ ਘਰੇ ਲੱਗੇ ਰੱਖ ਲਏ, ਲੱਗੇ ਸਾਡੇ ਕੋਲ 60-70 ਲੱਗੇ ਹੋ ਗਏ। ਉਹ ਕਹਿੰਦੇ ਹੁੰਦੇ ਵੀ ਜਿਹੜੇ ਬੰਦੇ ਦੇ ਪਹਿਲਾਂ ਕਬੂਤਰ ਉਡਾਏ ਹੁਣ ਸ਼ੌਕ ਅੰਦਰੋਂ ਜਾਂਦਾ ਨਹੀਂ। ਬਜ਼ੁਰਗ ਸਾਡਾ ਸਾਨੂੰ ਕਹਿਣ ਲੱਗਾ ਵੀ ਇੱਕ ਦੋ ਵਾਰੀ ਬਿੱਲੀ ਲੈ ਗਈ ਲੱਗਣ, ਕਹਿੰਦਾ ਯਾਰ ਜੇ ਰੱਖਣੇ ਦਾਣੇ ਹੀ ਪਾਉਣੇ ਤਾਂ ਉੱਡਣੇ ਰੱਖ ਲਓ। ਫਿਰ ਉਦੋਂ ਬਾਅਦ 'ਚ ਅਸੀਂ ਸਾਡੇ ਪਿੰਡ ਸਰਦਾਰ ਵੀਰ ਕੋਟ ਵਾਲੇ ਉਹਨਾਂ ਨੇ ਬਾਜੀ ਛੱਡੀ ਕਹਿਰੀ ਗਰਿਆਲ ਨਾਲ ਜੂੜ ਚੱਕ ਲਏ ਨਾ, ਸਾਡੇ ਇੱਕ ਈਸਰ ਸਿੰਘ ਬੌਰੀਆ ਸਿੱਖਾ ਕਬੂਤਰ ਬਾਜੀ ਕਰਦੇ, ਉਹਨਾਂ ਦੇ ਪਿਤਾ ਦਾ ਭੋਗ ਸੀ ਬ੍ਰਹਮ ਸਿੰਘ ਦਾ, ਉੱਥੇ ਕਹਿਰੀ ਬਾਜੀ ਛੁੱਟੀ ਉਹਨਾਂ ਦੀ ਉਹਨਾਂ ਵੇਲਿਆਂ ਦੇ ਵਿੱਚ 10-10 ਹਜ਼ਾਰ ਰੁਪਈਆ ਲੱਗ ਗਈ। ਉਹਨਾਂ ਦਾ ਕਬੂਤਰ ਨਿਕਲ ਕੇ ਹੌਲੀ ਹੌਲੀ ਸ੍ਰੀ ਵਾਲੇ ਪਿੰਡ ਜਾ ਵੜਿਆ, ਸ੍ਰੀ ਵਾਲੇ ਤੋਂ ਡਾਕਟਰ ਮੱਖਣ ਰਮਾਣੇ ਵਾਲਾ ਕਬੂਤਰ ਲਿਆ। ਸਾਡੇ ਪਿੰਡ ਵਾਲੇ ਬੌਰੀਆਂ ਨੂੰ ਜਦੋਂ ਕਬੂਤਰ ਦਾ ਪਤਾ ਲੱਗਿਆ ਵੀਰਕੋਟ ਵਾਲੇ ਸਰਦਾਰਾਂ ਦੇ ਕਬੂਤਰ ਦਾ, ਉਹ ਡਰਾ ਕੇ ਉੱਥੋਂ ਉਹਨਾਂ ਤੋਂ ਲੈ ਆਏ ਵੀ ਨਹੀਂ ਤਾਂ ਜੀ ਸਰਦਾਰ ਨੂੰ ਦੱਸ ਦੇਣੀ ਕਬੂਤਰ, ਉਹ ਕਬੂਤਰ ਮੇਰੇ ਹੱਥ ਲੱਗ ਗਿਆ ਖੀਰ ਨੂੰ। ਮੁੜ ਕੇ ਕਬੂਤਰੀ ਮੈਂ ਧੰਨੇ ਦੀ ਫੜ ਲਈ, ਉੱਥੋਂ ਮੇਰੇ ਕੋਲ ਕਬੂਤਰ ਧੰਨੇ ਵਾਲੇ ਬਣੇ। ਕੁਛ ਕਬੂਤਰ ਅਸੀਂ ਮੁੱਲ ਲਿਆਏ, ਬਾਅਦ 'ਚ ਮੁੱਲ ਲਿਆਉਣ ਤੋਂ ਬਾਅਦ 'ਚ ਹੌਲੀ ਹੌਲੀ ਸਾਡਾ ਕਿਸੇ ਕਾਰਨ ਉਹਨਾਂ ਨਾਲ ਕੋਈ ਝਗੜਾ ਵੀ ਹੋ ਗਿਆ ਜੀ। ਸਾਡੇ ਜਦੋਂ ਘਰ ਪਤਾ ਲੱਗਾ ਕਿ ਸਾਡੇ ਬਜ਼ੁਰਗ ਨੇ ਮੈਨੂੰ ਗਾਲਾਂ ਦਿੱਤੀਆਂ ਵੀ ਤੂੰ ਪੁੱਠੇ ਕੰਮ ਕਰਦਾ, ਲੜਾਈ ਕਲੇਸ਼ ਵਾਲੇ ਕੰਮ ਕਰਦਾ, ਇਹ ਵੀ ਤੂੰ ਕੀ ਲੈਣਾ ਇਸ ਕੰਮ ਤੋਂ। ਜਦੋਂ ਪਤਾ ਲੱਗਿਆ ਵੀ ਅਸੀਂ ਧੰਨੇ ਤੋਂ ਕਬੂਤਰ ਮੁੱਲ ਲਏ, ਇਹਨਾਂ ਵੀ ਤੁਸੀਂ ਲੜੇ ਕਾਸ ਤੋਂ ਅਸੀਂ ਕਦੇ ਅਸੀਂ ਕਬੂਤਰ ਮੁੱਲ ਲੈਂਦਾ, ਸਾਥੋਂ ਮਿੱਠੂ ਲੈ ਗਿਆ ਮਹਾਰਾਜ ਵਾਲਾ ਕਬੂਤਰੀ ਇੱਕ, ਉਹ ਸਾਨੂੰ ਦੁਨੀ ਬਾਈ ਬਾਅਦ 'ਚ ਕਹਿੰਦਾ ਵੀ ਤੁਸੀਂ ਸਾਡੀ ਕਬੂਤਰੀ ਮਿੱਠੂ ਨੂੰ ਕਿਉਂ ਦਿੱਤੀ। ਉਸ ਕਾਰਨ ਸਾਡਾ ਉਹਦੇ ਨਾਲ ਗੁਮਟੀ ਪਿੰਡ ਝਗੜਾ ਵੀ ਹੋ ਗਿਆ ਸੀ। ਫਿਰ ਜਦੋਂ ਉੱਥੇ ਪੰਚਾਇਤ ਦੇ ਵਿੱਚ ਸਾਰੇ ਲੋਕਾਂ 'ਚ ਗੱਲ ਚੱਲੀ, ਮੈਂ ਕਿਹਾ ਵੀ ਅਸੀਂ ਇਹਨਾਂ ਤੋਂ ਮੁੱਲ ਲਈਏ ਵੀ ਇਹਨਾਂ ਦਾ ਦੱਸੋ ਕੀ ਹੈ। ਫਿਰ ਸਾਡੇ ਬਜ਼ੁਰਗਾਂ ਨੇ ਬਾਅਦ 'ਚ ਧੰਨੇ ਨਾਲ ਧੰਨੇ ਕੋਲ ਜਦੋਂ ਗਏ, ਫਿਰ ਧੰਨੇ ਨੇ ਮੈਨੂੰ ਖੁਦ ਕਬੂਤਰ ਘਰੋਂ ਦਿੱਤੇ ਵੀ ਸ਼ੇਰਾ ਤੋਂ ਮੇਰੇ ਕੋਲ ਗੱਲ ਨਹੀਂ ਕਰੀ, ਮੈਂ ਉਹਦਾ ਮੁੰਡਾ। ਉੱਥੋਂ ਸਾਡੇ ਕੋਲ ਧੰਨੇ ਵਾਲੇ ਕਬੂਤਰ ਬਣੇ ਸੀ, ਲਾਲਚੀ ਨੇ ਕਬੂਤਰ ਸੀ ਕੀੜੀਆਂ ਅੱਖਾਂ ਦੇ। ਉਦੋਂ ਬਾਅਦ 'ਚ ਸਾਡੇ ਕੋਲ ਕਣੀ ਵਾਲੇ ਗੁਰਦੇਵ ਦਾ ਕਬੂਤਰ ਵੀ ਆ ਗਿਆ ਸੀ, ਉਹ ਮੇਰੇ ਕੋਲ 22-23 ਸਾਲ ਦਾ ਉਹ ਕਬੂਤਰ ਮਰਿਆ। ਤਾਂ ਹੋਰ ਸਾਡੇ ਕੋਲ ਕੋਈ ਬਾਹਲੀਆਂ ਨਸਲਾਂ ਸੀ ਨਾ ਤਾਂ ਕਦੇ ਕਿਸੇ ਤੋਂ ਲਈਆਂ, ਨਾ ਸਾਡੇ ਕੋਲ ਕੋਈ ਸੀਗੀਆਂ। ਹੁਣ ਜਾਂ ਤਾਂ ਕੁਲਵੰਤ ਤੋਂ ਮੈਂ 1-2 ਕਬੂਤਰ ਲੈ ਕੇ ਗਿਆ ਬਾਈ ਤੋਂ, ਇਹਦੇ ਵਾਲੇ ਕਬੂਤਰ ਜਾਂ ਮੇਰੇ ਆਪਦੇ ਕਬੂਤਰੀ ਦਾ।
ਕੂਤਰ ਉਦੋਂ ਬਾਅਦ ਮੈਂ ਬਾਈ ਮੋਰ ਕੋਲ ਗਿਆ ਸੀ, ਮੇਰਾ ਦੋਸਤ ਆ ਮਤਲਬ ਬਾਹਰ ਡਾਕਟਰ, ਉਹ ਮੈਨੂੰ ਕਹਿੰਦਾ ਸੀ ਮੈਨੂੰ ਮੋਰ ਨੂੰ ਮਿਲਾ ਕੇ ਲੈ ਵੀ ਮੋਰ, ਮੈਂ ਅੱਜ ਤੱਕ ਦੇਖਿਆ ਨਹੀਂ ਵੀ ਮੋਰ ਕਿਸੇ ਦਾ, ਮੋਰ ਨਾਲ ਵੀ ਆਪਣਾ ਭਰਾਵਾਂ ਵਾਲਾ ਪਿਆਰ ਆ। ਅਸੀਂ ਉਹਦੇ ਕੋਲ ਗਏ, ਉਹਨੇ ਸਾਨੂੰ ਇੱਕ ਜੋੜੀ ਦਿੱਤੀ, ਉਹ ਜੋੜੀ ਮੇਰੇ ਕੋਲ ਆਈ ਸੀ, ਉਹਦੇ ਬੱਚੇ ਵੀ ਮੈਂ ਬਾਈ ਨੂੰ ਕੁਲਵੰਤ ਨੂੰ ਵੀ ਦਿੱਤੇ ਆ, ਜਾਂ ਮੇਰੇ ਕੋਲ ਉਹ ਕਬੂਤਰਾ ਹੋਰ ਮੇਰੇ ਕੋਲ ਕਰਨਾ। ਠੀਕ ਹੈ, ਇਹਨਾਂ ਨਾਲ ਜਿਹੜਾ ਤੁਹਾਡਾ ਪਿਆਰ ਹੈ ਕਬੂਤਰਾਂ ਤੱਕ ਹੀ ਸੀਮਤ ਹੈ ਜਾਂ ਆਪਸੀ ਪਰਿਵਾਰਿਕ ਰਿਸ਼ਤੇ? ਨਹੀਂ, ਪਰਿਵਾਰਕ ਰਿਲੇਸ਼ਨ ਹੀ ਆ, ਹੁਣ ਤਾਂ ਸਾਡਾ ਭਰਾਵਾਂ ਨਾਲੋਂ ਵੱਧ ਹੈ ਇਸ ਬੰਦੇ ਦੇ ਨਾਲ ਜੀ। ਹਾਂ, ਹੁਣ ਸਾਡਾ ਕਬੂਤਰਾਂ ਤੱਕ ਸੀਮਤ ਨਹੀਂ ਹੈ ਵੀ ਜਾਂ ਇੱਕ ਦੂਜੇ ਤੋਂ ਲੈ ਕੇ ਨੱਪਣੇ, ਜਿਵੇਂ ਅੱਜ ਕੱਲ੍ਹ ਲੋਕ ਲੈ ਜਾਂਦੇ ਆ ਕਹਿੰਦੇ ਮੇਰੇ ਤਾਂ ਉੱਡ ਗਿਆ ਜੀ ਜੀ ਜਾਂ ਮਰ ਗਿਆ ਜੀ, ਸਾਡਾ ਉਹ ਨਹੀਂ ਹੈਗਾ। ਅੱਜ ਸਾਡਾ ਪਰਿਵਾਰਕ ਰਿਲੇਸ਼ਨ ਹੀ ਆ, ਸਾਡਾ ਭਰਾਵਾਂ ਵਾਲਾ ਪਿਆਰ ਹੈ। ਬਹੁਤ ਵਧੀਆ ਗੱਲ ਹੈ ਜੀ। ਹਾਂ, ਇਹਨਾਂ ਦੀ ਬਦੌਲਤ ਮਾਸਟਰ ਜੀ ਨਾਲ ਮੇਰਾ ਪਿਆਰ ਪੈ ਗਿਆ ਜੀ। ਮਾਸਟਰ ਜੀ ਬੈਠੇ ਤੇ ਮੇਰਾ ਛੋਟਾ ਵੀਰ ਫਰੀਦਕੋਟ ਤੋਂ, ਬੁਲਾਵਾਂਗੇ ਜੀ ਤੁਹਾਨੂੰ ਮਾਸਟਰ ਜੀ ਨਾਲ ਦੀ। ਬਾਬੇ ਸੇਖੋਂ ਸਾਹਿਬ ਨੂੰ ਸਾਡੀ ਬਸ ਇਹ ਕਬੂਤਰਾਂ ਨਾਲ ਹੀ ਇੰਨੀ ਜਾਣ ਪਛਾਣ ਸਾਰੇ ਵੀਰਾਂ ਨਾਲ ਹੋਈ ਆ, ਸਾਰੇ ਲਿਆਉਣ ਨਾਲ ਇਹ ਕਬੂਤਰਾਂ ਕਰਕੇ ਹੀ ਆ ਸਾਰਾ ਕੁਛ। ਚਲੋ, ਬਹੁਤ ਵਧੀਆ ਗੱਲ ਹੈ ਜੀ। ਇਹਨਾਂ ਨੇ ਕਈ ਕਈ ਇਕੱਲੇ ਕਬੂਤਰਾਂ ਨਾਲ ਨਹੀਂ ਆਪਾਂ ਵਰਤਣਾ, ਜੋ ਕਿ ਆਪਾਂ ਅੱਗੇ ਆਪਦਾ ਇੱਕ ਪਰਿਵਾਰਿਕ ਰਿਸ਼ਤਾ ਬਣਾ ਕੇ, ਜੋ ਕਿ ਵੀਰ ਦੇ ਨਾਲ ਅੱਜ ਵੀਰ ਖੜੇ ਆ ਕੋਠਾਗੁਰੀ ਤੋਂ, ਚੱਲ ਕੇ ਵੀ ਆਏ ਆ ਇਹਨਾਂ ਦੇ ਘਰੇ, ਜਦੋਂ ਪਤਾ ਲੱਗਿਆ ਕਿ ਅੱਜ ਆਪਾਂ ਬਾਈ ਦੇ ਘਰੇ ਪਹੁੰਚ ਰਹੇ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਧੰਨਵਾਦ ਤੁਹਾਡਾ। ਹਾਂਜੀ, ਅਤੇ ਉਸ ਤੋਂ ਇਲਾਵਾ ਇੱਕ ਇਹਨਾਂ ਨੇ ਜ਼ਿਕਰ ਕੀਤਾ ਜੀ ਮੋਰ ਵਾਲੇ ਕਬੂਤਰਾਂ ਦਾ, ਹਾਂਜੀ ਉਹ ਵੀ ਆਪਣੇ ਕੋਲ ਹੈਗੇ? ਹਾਂਜੀ, ਮੋਰ ਵਾਲੇ ਵੀ ਹੈਗੇ ਜੀ। ਹਾਂਜੀ, ਅਤੇ ਜਿਹੜੇ ਤੁਹਾਡੇ ਆਮ ਹੁੰਦੇ ਆ, ਜਿਵੇਂ ਆਪਣਾ ਕੋਈ ਫੇਵਰੇਟ ਫਿਲਮ ਹੁੰਦੀ ਹੈ ਜਾਂ ਮਤਲਬ ਫੇਵਰੇਟ ਬੰਦਾ ਹੁੰਦਾ, ਆਪਣੇ ਕੁੱਡੇ ਦੇ ਵਿੱਚ ਫੇਵਰੇਟ ਕਬੂਤਰ ਕਿਹੜੇ ਆ ਜਿਹੜੇ ਆਪਾਂ ਨੂੰ ਪੂਰੇ ਦਿਲ ਲੱਗਦੇ ਹੋਣ? ਇੱਕ ਕਬੂਤਰ ਹੀ ਆ ਜੀ ਜਿਹੜਾ ਮੇਰੇ ਕੋਲ, ਮੰਨ ਕੇ ਚੱਲੋ ਵੀ ਜਦੋਂ ਤੋਂ ਮੈਂ ਬਾਜ਼ੀਆਂ ਛੱਡਣ ਲੱਗਿਆ, ਉਹ ਜੀ 2-1.5 ਸਾਲ ਬਾਅਦ ਆਇਆ ਜੀ। ਜੀ, ਉਹ ਮੈਂ ਕਿਸੇ ਨੂੰ ਨਹੀਂ ਦਿੱਤਾ ਸੀ, 1 ਮਹੀਨਾ ਪੰਡਿਤ ਦੇ ਘਰੇ ਰਹਿ ਗਿਆ ਅਤੇ ਜਾਂ ਹੁਣ ਸਾਰੀ ਉਮਰ ਦੇ ਵਿੱਚ 6 ਮਹੀਨੇ ਬਾਈ ਕੋਲ ਰਹਿ ਗਿਆ। ਉਹਦੀ ਲਾਤ ਦਾ ਮੇਰਾ ਰਿਕਾਰਡ ਆ ਵੀ ਮੈਂ ਜਿੱਦੇ ਵੀ ਜਾ ਕੇ ਉਹ ਬਾਜ਼ੀ ਛੱਡੇ ਆ, ਚਾਹੇ ਮੈਂ 100 ਚ ਛੱਡਤੇ ਆ, ਚਾਹੇ ਮੈਂ 50 ਚ ਛੱਡਤੇ, ਜੇ 50 ਚ ਛੱਡਤੇ, ਉਹਦਾ ਮੈਂ ਅੱਜ ਤੀਕਰ ਖਾਲੀ ਪਿੰਜਰਾ ਲੈ ਕੇ ਕਦੇ ਘਰੇ ਨਹੀਂ ਆਇਆ। ਕਿੰਨੇ ਪੈਸੇ ਜਿੱਤ ਗਿਆ ਵਾ ਉਹਦਾ, ਜਿੱਦੇ ਮੈਂ ਬੱਚਾ ਇੱਥੋਂ ਆਪਦੇ ਐਸ ਘਰੋਂ ਲੱਗਾ ਛੱਡੂੰਗਾ, ਜਾਂ ਮੈਂ ਕਿਸੇ ਪਿੰਡ ਦੇ ਵਿੱਚੋਂ ਲੱਗਾ ਤਾਂ ਵੱਖਰੀ ਚੀਜ਼ ਆ, ਇੱਥੋਂ ਲੱਗਾ ਵੀ ਛੱਡੂੰਗਾ, ਉਹ ਜਾਊਗਾ ਨਹੀਂ ਅਤੇ ਬਾਜ਼ੀ ਵੀ ਜਿੱਤੂਗਾ। ਉਹਦਾ ਇਹ ਰਿਕਾਰਡ ਆ ਜੀ ਕਬੂਤਰ ਦਾ। ਮੈਨੂੰ ਤੁਹਾਡਾ ਫੇਵਰੇਟ ਕਬੂਤਰ, ਉਹ ਫੇਵਰੇਟ ਕਬੂਤਰ ਆ ਜੀ, ਉਹ ਕਾਕਾ ਸਿਉਂ ਮੱਲੇ ਵਾਲੀ ਨੇ ਪੱਕੋ ਤੋਂ ਅੱਜ ਤੋਂ 24 ਸਾਲ ਪਹਿਲਾਂ 5,000 ਰੁਪਈਏ ਦਾ ਜੋੜਾ ਲਿਆ ਸੀ ਜੀ। ਉਸ ਟਾਈਮ 'ਤੇ 5,000 ਦੀ ਪੈਲੀ ਰਹਿੰਦੇ ਤਾਂ ਮੇਰੇ ਹਿਸਾਬ ਨਾਲ ਬਾਹਲੀ ਨਹੀਂ, ਮੈਂ ਕਿਹਾ ਤਾਂ 2.5-3 ਕਿੱਲੇ ਦਾ ਆ ਹੀ ਜਾਣੀ ਸੀ ਜੀ ਸਾਡੇ ਇਸ ਏਰੀਏ 'ਚੋਂ ਮੱਲੇ ਵਾਲੇ 'ਚੋਂ। ਅੱਜ ਪੂਰੀ ਆਪਣੇ ਕੋਲ ਪ੍ਰੋਪਰ ਨਸਲ ਆ ਉਹਨਾਂ ਦੀ? ਉਹ ਪ੍ਰੋਪਰ ਨਸਲ ਹੈਗੀ ਆ ਜੀ। ਉਸ ਤੋਂ ਇਲਾਵਾ ਜਿਹੜੀ ਦੁੱਸਰ ਸੀ, ਹਾਂਜੀ ਉਸੇ ਜਿਹੜਾ ਤੁਹਾਡਾ ਗੁਰੂ ਕੀ ਨਾਮ ਦੱਸਿਆ ਸੀ, ਅਜਮੇਰ ਸਿੰਘ ਅਜਮੇਰ ਸਿੰਘ ਨੇ ਦੁੱਸਰ ਸਿਖਾਈ ਸੀ? ਦੇਖੋ ਜੀ, ਦੁੱਸਰ ਸਿੱਖਣ ਦਾ ਮਤਲਬ ਇਹ ਆ ਵੀ ਦੁੱਸਰਾ ਮੈਂ ਕਬੂਤਰ ਸੇਕਦਾ ਸੀ ਬਾਈ ਕੋਲ ਰਹਿ ਕੇ, ਅਤੇ ਬਦਾਮਾਂ ਦੀ ਮੈਨੂੰ ਜਜਮੈਂਟ ਸਾਰੀ ਬਾਈ ਸਾਈ ਕੋਲੋਂ ਆਈ ਸੀ, ਜਿਹੜੀ ਉਹਨਾਂ ਨੇ ਮੈਨੂੰ ਦੁੱਸਰ ਸਿਖਾਈ, ਕੁਛ ਮੈਨੂੰ ਗੁੜ ਉਹਨਾਂ ਨੇ ਦੱਸਿਆ ਜੀ, ਐਂ ਨਹੀਂ ਐਂ ਬਣਾਉਣਾ ਉਹਨਾਂ ਨੇ ਦੱਸਤਾ, ਗੁੜ ਮੇਰੇ ਕੋਲ ਜ਼ਿਆਦਾ ਜਿਹੜਾ ਮੈਂ ਹੁਣ ਵਰਤਦਾ ਬਲਵੀਰ ਰਮੂਹ ਵਾਲੇ ਦਾ ਜੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਵੀ ਕੀਤੀ ਸੀ ਵੀ ਕਾਂਤਾ ਬੰਨ ਦੇ ਵਿੱਚ ਬਹੁਤ ਬਹੁਤ ਘਰਾਂ ਦਾ ਹੱਥ ਹੈ ਜੀ ਯੋਗਦਾਨ, ਕਈ ਬੰਦਿਆਂ ਦੇ ਖਿਡਾਰੀਆਂ ਦੇ ਨਾਲ ਮੈਂ ਸੰਪਰਕ ਕਰਕੇ ਤਾਲਮੇਲ ਕਰਕੇ, ਤਕਦੀਰ ਮੇਰੀ ਐਡੀ ਚੰਗੀ ਸੀ, ਮੈਂ ਜਿਹੜੇ ਖਿਡਾਰੀ ਕੋਲ ਵੀ ਗਿਆ ਉਸੇ ਨੇ ਮੇਰੀ ਬਾਹ ਫੜੀ, ਉਸੇ ਨੇ ਮੈਨੂੰ ਥੋੜ੍ਹਾ ਬਹੁਤਾ ਜਿੰਨਾ ਵੀ ਉਹ ਹੋ ਸਕਿਆ ਮੈਨੂੰ ਉਹਨੇ ਦੱਸਣ ਦੀ ਕੋਸ਼ਿਸ਼ ਕੀਤੀ, ਅਤੇ ਗਾਂ ਪਰਮਾਤਮਾ ਦਾ ਬਖਸ਼ਿਆ ਦਿਮਾਗ ਸੀਗਾ ਉਹਦੇ ਨਾਲ ਮੈਂ ਗੇਮ ਚਲਾਈ ਅਤੇ ਸਾਰੀ ਮੈਂ ਟੌਪ 'ਤੇ ਲੈ ਗਿਆ। ਮਤਲਬ ਕਿ ਤੁਸੀਂ ਹੌਲੀ ਹੌਲੀ ਹਰ ਇੱਕ ਬੰਦੇ ਤੋਂ ਸਿੱਖਿਆ? ਹਾਂਜੀ ਹਾਂ, ਅਜੇ ਵੀ ਸਿੱਖੀ ਜਾਂਦੇ ਹਾਂ, ਅਜੇ ਵੀ ਸਿੱਖੀ ਜਾਂਦੇ ਹਾਂ, ਕਹਿ ਨਹੀਂ ਸਕਦੇ ਕਿ ਵੀ ਸਿੱਖ ਗਏ ਹਾਂ ਜਾਂ ਸਟਾਰ ਬਣ ਗਏ, ਜੋ ਪਰਮਾਤਮਾ ਦਾ ਲੋਕਾਂ ਦੀ ਭਰਾਵਾਂ ਦੀ ਦੇਣ ਆ, ਦੁਨੀਆ ਜਿਹੜੀ ਨਜ਼ਰ ਨਾਲ ਦੇਖਦੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜੇ ਲੋਕ ਆਪਾਂ ਨੂੰ ਸਟਾਰ ਸਮਝਦੇ ਆ ਉਹਨਾਂ ਦਾ ਵੀ ਧੰਨਵਾਦ ਆ, ਜਿਹੜੇ ਨਹੀਂ ਸਮਝਦੇ ਉਹਨਾਂ ਦਾ ਵੀ ਆ। ਜਿਹੜੀ ਦੁੱਸਰ ਹੈ, ਹਾਂਜੀ ਦੁੱਸਰ ਦੇ ਵਿੱਚ ਕਾਫੀ ਨਾਂ ਤੁਹਾਡਾ ਜਿਹੜਾ ਹੁਣ ਇਸ ਏਰੀਏ ਦੇ ਵਿੱਚ ਆ ਰਿਹਾ, ਜਿਵੇਂ ਕਿ ਜੰਟੀ ਜਿਉਂਦ ਹੋ ਗਿਆ, ਜੀਤਾ ਚੰਨਣਵਾਲ ਹੋ ਗਿਆ, ਕਾਂਤਾ ਪੱਖੀ ਵਾਲੇ ਦਾ ਨਾਂ ਵੀ ਜਿਹੜਾ ਅੱਜ ਦੁੱਸਰਾਂ ਦੇ ਵਿੱਚ ਪੂਰਾ ਪਾਪੂਲਰ ਹੈ। ਹਾਂਜੀ ਹਾਂਜੀ, ਅਤੇ ਕਿੰਨੀਆਂ ਕੁ ਅੱਜ ਤੱਕ ਜਿਹੜੀਆਂ ਦੁੱਸਰਾਂ ਤੁਸੀਂ ਛੱਡ ਚੁੱਕੇ ਹੋ? ਵੀ ਐਸਟੀਮੇਟ ਤਾਂ ਹੈ ਨਹੀਂ ਜੀ, 1500-2000 ਦੁੱਸਰ ਛੱਡਤੀ ਹੋਊ ਜੀ। 1500-2000 ਦੁੱਸਰ ਤੁਸੀਂ ਛੱਡਤੀ? ਹਾਂਜੀ, ਕਿਉਂਕਿ ਹਰ ਸਾਲ ਹੀ ਦੁੱਸਰਾਂ ਛੱਡਦੇ ਹਾਂ ਜੀ, ਸਟਾਰਟਿੰਗ ਤੋਂ ਲੈ ਕੇ ਜਦੋਂ ਤੋਂ ਲੋਕ ਬਾਜ਼ੀਆਂ ਛੱਡਣ ਲੱਗ ਪੈਂਦੇ ਆ, ਬਠਿੰਡੇ ਏਰੀਆ 'ਚ ਹੋਵੇ, ਮੋਗੇ 'ਚ ਹੋਵੇ, ਫਰੀਦਕੋਟ 'ਚ ਹੋਵੇ, ਮੁਕਤਸਰ 'ਚ ਹੋਵੇ, ਤਕਰੀਬਨ ਹਰੇਕ ਬਾਜ਼ੀ 'ਤੇ ਜਾਂਦੇ ਆ ਜੀ, ਅਤੇ
महाराज की कृपा है भी एक बरगंधी हार गया जी दो साल लगातार उतों नहीं कुछ मिलया नहीं कदे खाली मुड़े नहीं गए जी। एक वट्सअप ग्रुपों के अपन सुन मिल जाता है कि यार चाहे अजंटी ज्यों है चाहे थोड़ा ना है चाहे जीता चलन वाली है भी यार दस कबूतर सामभे से एक तो जितना ही है वो बारे की कहना चाहोगे तुम। देखो जी दस कबूतर भी सामने पेंदे आ जी तो जी गल मेन आ दस कबूतर भी उन्हें बनाऊगा जिसे कोई गलबात होगी जी हर एक बंदे भिंदर जी कोई दस कबूतर बाई नहीं बिल्कुल जेडे साढ़े दस पढ़ने की सब तो मेन मजबूरी है जी मैं दिलों गल दसनी चाहना है जेकर किसी बंदे भी आए ना कहने भी तेरा कबूतर नहीं सामना जी वो सामने तो नहीं कड़ता पर दिल बहुत दुखी कहता गाल जरूर कड़ता जी किसी भी बंद जवाब दे दिए उ मेरा दिमाग ये कहता भी वो सूँ यही कहता हो भी यार साढ़े हकार करते हैं ये बंदे हम अज इन्हों बल आ गया तो हकार करते क्योंकि जो किसी बंद किसी भी चीज़ की तमन्ना है प्यास लगती है मान लो आप पानी पीने हाँ जी हाँ जी ये मैं तो यह समझदा भी जेडे चाहे जंटी ज्यौद है चाहे जीता चलन वाल है चाहे तुम हो जे अक्सर थोड़े सामभे भी कबूतर उड़ते हैं तो लोग थोड़े को बिल्कुल जी बिल्कुल जे साडे कबूतर सामभे उड़ते असी बाजियां जितते हैं तो हर एक बंदा यह आस नहीं सानू कबूतर बनाऊंदा क्योंकि ये सानू बाजी जित के देंगे वो जी एवं फालतू गल करते जी दस सामभ लेंदे चार सामभ लेंदे वो जी सामभ संभाई है बई जी कबूतर सामभण वाले बंदे ही फड़ाए जाते हैं बिल्कुल जी ठीक है सारे बंद जो जानता मतलब थोड़ा कहना उस कबूतर अगला दिता जी वो असं ये कह सकते भी कोई बंदा ये नहीं सबूत कर सकता भी असं किसी को फोन करके कहा हो इसी तरह कबूतर सामभ के दो कदे योजा मोड़ आया हो मान लो तुम दो चार छी जो भी कबूतर सामभे है हाँ जी हाँ जी तो खुद से हार के हूँ सामभ वाला कबूतर उड़िया हो हाँ जी मैं आपके घरों दूसर छड़ी नहीं जी अजे तक जी मैं जिते बैठा हूँ आप इतने गलबात कर रहे हैं जी मैं आपके घरों कोई दूसर नहीं छड़ी जी मैं उत्तर बई जसविंदर को नत्थू वाले ला गया उदो जी दूसर छड़िया जी उदो उतों छड़िया नहीं तो कबूतर सारे पास ही दूसर जितते हैं जी नहीं मेरे कहने का भाव है भाई जसविंदर को जो तुम दूसर छड़ी हाँ जी हाँ जी और भी कबूतर सामभे हो हाँ जी उदो थोड़े किसी बारी चावे हार गए हो दूजे किसी जोड़े कबूतर तुम सामभे से वो जितते हो कोई योजा मोड़ आया हाँ नाल के पिंड आए डेमरू ही जी उ मेरा आपका कबूतर से जोड़ा वह बह गया जी तो अमने नत्थू वाले की कबूतरी जी मैं सामभी सी जी वो उड़ी उड़ी भी इन्नी क बद जी असं तीन क बजे बाजी मुक गई जी तो जमा रात नेरे हो पा के लाए उन्होंने अठ बजे जी शायद पांच विसाख की बाजी सी जी तो उस दिन मेरा आपका तो बारह कजे बह गया जी बहुत बारी हो जाता कोई जरूरी नहीं गा भी मेरा आपका ही उड़ूगा जी तो मैं गल करके ही कबूतर फटदा अगले तो भी यह नहीं पता तेरा उड़े कि मेरा उड़े भरावा कल माड़ा ना गई फड़ा फड़ा दे नहीं जी मर्जी फड़ा दे मैनू कोई प्रॉब्लम नहीं क्योंकि मेरा पूछण का कारण खिडारी वीरों यही सी भी कई बार आप कह दें यार कंते दे कल्ले ही कबूतर जीती जाते हैं जेडे उन्हें सामभे से जितते नहीं यह सवाल आप इन्होंने हम दस के मुताबिक है कि मेरे खुद के कबूतर बहुत थान हारे है तो जोड़े मैं सामभे से वो जितते है सो बहुत वधिया गल है जी कि जिन्हें भी तुम कबूतर सामभते हो आपके कबूतर करके सामभते हो क्योंकि अगले सारी गलबात करके करते हैं जी जी जे उन्होंने पहला गल नबेड़ ली थी भी तीजा हिस्सा लावे भीरे जी जे आप कला रह गया तो अद लवेंगे लैंड का कले पैसों का मसला नहीं वो ये भी जिन्होंने अच्छ मैं आपके थले हरा कल थले मैं हरूंगा जी बिल्कुल जी जेकर अच्छ मैं किसी ने बाजी मान के चलो ऐसे एरिए हम कबूतर साढ़े उड़ते हैं जंटी साडे एरिए बहुत घट आ जीता चन्नन वाल आ पन्नू माणू के आ ज़्यादातर सब तो ज्यादा कबूतर मेरे मुकाबले च तारे सनेर वाले उड़ते हैं जी कीपा मलोट तारा सनेर तो कांता खिड़की वाला जी जानी मैं आपदे तो इन्होंने तिना बंद वधिया कहता जी तारे सनेर कांते खिड़की वाले तो कीपे मलोट में कीपे मलोट का तुम जिक्र छेड़िया हाँ जी एक बारी जो मैं दूसरा हले तिकर सामभी तो नहीं हाँ जी हाँ जी पर असी द्यौन पिंड कबूतर मैं जंटा तो कीपा हाँ जी काफ़ी समा पहला की गल है 1999 की गल होगी उस वीर ने कोई मेरा भी कबूतर सामभिया जंटे का भी सामभिया तो कीपे का खुद का कबूतर भी हाँ जी हाँ जी सारी रात सिक्के भी मैं वो नाल लवाए जो बदम दिते गुड़ दिता जो भी समान दिता मेरे सामने दिता उस बारी च भी की सी बई जंटे का भी हर गया सी कीपे का भी हर गया हाँ जी हाँ जी मेरा कबूतर फिर रात तक उड़िया सी सो उस बंदे नू भी मैं बहुत महान गिनदा कि जिहड़ा बई कीपा उहदा बहुत वड्डा नाँ है कीपे का देखो जी मेथों सीनियर भी है वह जी ठीक है बाजियां तां
ਸਾਡੀਆਂ ਤਕਰੀਬਨ ਬਰਾਬਰ ਹੀ ਆ। ਇੱਕ ਦਿਨ ਜੇ ਮੈਂ ਬਾਈ ਨੂੰ ਜਿੱਤ ਵੀ ਲਿਆ ਤਾਂ ਦੂਜੀ ਵਾਰੀ ਉਹਨੂੰ ਹਰਾ ਵੀ ਲਿਆ, ਕੋਈ ਐਡੀ ਗੱਲ ਨਹੀਂ ਗੀ। ਬਾਕੀ ਭਰਾਵਾਂ ਵਾਲਾ ਪ੍ਰੇਮ ਆ ਜੀ ਉਹਦੇ ਨਾਲ ਵੀ ਆਪਣਾ। ਅਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਸਾਰੇ ਖਿਡਾਰੀ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬੰਦਾ ਤੁਸੀਂ ਕਿਸੇ ਨੂੰ ਵੀ ਕਬੂਤਰ ਉਡਾਉਣੇ ਆ ਨਾ, ਉਹ ਇਹ ਨਹੀਂ ਚਾਹੁੰਦਾ ਗਾ ਵੀ ਉਹ ਹਾਰ ਜਾਵੇ। ਕੋਈ ਬੰਦਾ ਆਪਦੀ ਬਦਨਾਮੀ ਨਹੀਂ ਕਰਵਾਉਣੀ ਚਾਹੁੰਦਾ। ਜੇ ਕਬੂਤਰ ਹਾਰਦਾ ਹੈ ਤਾਂ ਉਹਦੇ ਵਿੱਚ ਉਹਦੀ ਕਮੀ ਖਿਡਾਰੀ ਦੀ ਨਹੀਂ, ਜ਼ਿਆਦਾ ਮਾਣਦਾ ਗਾ ਮੈਂ। ਇੱਕ ਦਿਨ ਨਾ ਖਿਡਾਰੀ ਉਹਦੇ ਵਿੱਚ ਪਾ ਵੀ ਕੁਛ ਨਹੀਂ ਸਕਦਾ ਗਾ ਅਤੇ ਉਹਨੂੰ ਹਰਾ ਵੀ ਨਹੀਂ ਸਕਦਾ। ਇੱਕ ਦਿਨ ਸਾਂਭ ਕੇ ਜੇ ਹਾਰ ਜਾਂਦਾ ਹੈ ਤਾਂ ਉਹਨੂੰ ਮਾੜਾ ਕਹਿ ਦਿੰਦੇ ਆ। ਉਹਨੂੰ ਇਹ ਨਾ ਕਿਹਾ ਕਰੋ ਵੀ ਯਾਰ ਉਹਦਾ ਕਬੂਤਰ ਸੀਗਾ ਮੈਂ ਉਹਨੂੰ ਫੜਾ ਬੈਠਾ, ਯਾਰ ਉਹਨੇ ਹਰਾਤਾ। ਉਹ ਹਰਾਉਣਾ ਨਹੀਂ ਚਾਹੁੰਦਾ, ਕੋਈ ਬੰਦਾ ਨਹੀਂ ਚਾਹੁੰਦਾ ਕਿ ਮੇਰੀ ਬਦਨਾਮੀ ਹੋਵੇ। ਹਾਲਾਂਕਿ ਮੈਂ ਕਿਸੇ ਨੂੰ ਨਹੀਂ ਕਹਿੰਦਾ, ਮੈਂ ਸਭ ਨਾਲੋਂ ਵੱਧ ਕਬੂਤਰ ਲੋਕਾਂ ਦੇ ਪਾਸੇ ਵਾਲੇ ਭੈਣ ਭਰਾਵਾਂ ਦੇ, ਮੇਰੇ ਕੋਲ ਬੜੇ ਖਿਡਾਰੀਆਂ ਦੇ ਤੋਂ ਨੇੜੇ ਨੇੜੇ ਪਿੰਡਾਂ ਤੋਂ ਬੱਚਿਆਂ ਦੇ ਛੋਟੇ ਛੋਟੇ ਦੇ ਕਬੂਤਰ ਵੀ ਆ ਜਾਂਦੇ ਆ ਸਾਂਭਣ ਵਾਸਤੇ। ਮੈਂ ਉਹਨੂੰ ਵੀ ਆਪਦਾ ਦਿਲੋਂ ਆਪਦੇ ਨਾਲੋਂ ਚੰਗਾ ਹੀ ਸਮਝ ਸਾਂਭਣਾ ਚਾਹੁੰਦਾ। ਅਤੇ ਇਹ ਗੱਲ ਦਾ ਮੈਂ ਮਾਣ ਨਾਲ ਕਹਿ ਸਕਦਾ ਵੀ ਜਿੰਨੇ ਕਬੂਤਰ ਮੈਂ ਪਾਸੇ ਵਾਲੇ ਸਾਂਭ ਕੇ ਛੱਡੇ ਆ, ਜੇ ਉਹਦੇ 'ਚੋਂ ਮੈਂ 100 ਕਬੂਤਰ ਛੱਡਿਆ ਅਤੇ 95 ਬਾਜ਼ੀਆਂ ਮੈਂ ਉਹਨਾਂ ਨਾਲ ਜਿੱਤਿਆ ਪਾਸੇ ਵਾਲੇ ਕਬੂਤਰਾਂ ਨਾਲ, ਮੇਰਾ ਨਾਂ ਜਿੰਨਾ ਬਣਦਾ ਹੈ ਉਹਦੇ ਵਿੱਚ ਸੰਯੋਗ ਮੈਨੂੰ ਪਾਸੇ ਵਾਲੇ ਕਬੂਤਰਾਂ ਤੋਂ ਹੀ ਜ਼ਿਆਦਾ ਮਿਲਿਆ। ਬਹੁਤ ਵਧੀਆ ਗੱਲ ਹੈ ਜੀ। ਨਾਲ ਆਪਣੇ ਹੁਣ ਗੱਲ ਕਰਦੇ ਹਾਂ ਵੀਰ ਆਇਆ ਤਾਰਾਂ ਧਿਓਆਂ, ਕਬੂਤਰਾਂ ਦੇ ਵੀ ਸ਼ੌਕੀਨ ਹੈ ਅਤੇ ਨਾਲ ਵੀਰ ਦਾ ਇੱਕ ਕਿਸਾਨੀ 'ਤੇ ਗੀਤ ਆਇਆ ਪਿੱਛੇ ਜੀ, ਕਾਫੀ ਖੂਬਸੂਰਤ ਲਾਈਨਾਂ ਇਹਨਾਂ ਨੇ ਲਿਖੀਆਂ ਉਸ ਗੀਤ ਦੀਆਂ ਅਤੇ ਗਾਇਆ ਵੀ ਇਹਨਾਂ ਨੇ ਖੁਦ ਹੈ। ਉਹ ਪਹਿਲਾਂ ਤਾਂ ਤੁਹਾਨੂੰ ਵਧਾਈ ਦਿੰਦੇ ਜੀ ਉਸ ਗੀਤ ਦੇ ਲਈ, ਧੰਨਵਾਦ ਕਿ ਜਿਹੜਾ ਤੁਸੀਂ ਅੱਜ ਦੀ ਜਿਹੜੀ ਕਿਸਾਨੀ ਆ ਉਹ ਮਰ ਰਹੀ ਹੈ, ਹੁਣੇ ਜੇ ਤੁਹਾਡਾ ਇੱਕ ਧੀਆਂ 'ਤੇ ਗੀਤ ਆਇਆ, ਸੋ ਉਹ ਵੀ ਬਹੁਤ ਵਧੀਆ, ਮਤਲਬ ਲੋਕ ਉਹਨੂੰ ਸੁਣ ਰਹੇ ਆ। ਪਹਿਲਾਂ ਕਿਸਾਨੀ 'ਤੇ ਆਇਆ ਸੀ ਜਿਹੜੀ ਕਿਸਾਨੀ ਮਰ ਰਹੀ ਹੈ, ਤੁਹਾਡਾ ਕੀ ਖਿਆਲ ਆਇਆ ਸੀਗਾ ਉਹ ਗੀਤ ਲਿਖਣ ਬਾਰੇ? ਖਿਆਲ ਜੀ ਬਸ ਅਸੀਂ ਜਦੋਂ ਆਪਾਂ ਆਉਂਦੇ ਜਾਂਦੇ ਲੋਕਾਂ ਨੂੰ ਵੇਖਦੇ ਨੇ, ਅੱਜ ਕੱਲ੍ਹ ਹਰੇਕ ਬੰਦਾ ਜੀ ਕੁੜੀ ਨੂੰ ਜੇ ਆਪਾਂ ਐਂ ਜਾਂਦੀ ਹੈ ਤਾਂ ਉਹਦੇ ਨਾਲ ਅੱਖਾਂ ਵੇਖਣ ਵਾਲੀ ਸਹੀ ਅੱਖ ਅਸੀਂ ਹੌਲੀ ਹੌਲੀ ਮਨ 'ਚ ਖਿਆਲ ਆਇਆ ਕਿ ਬਸ ਖਿਆਲ ਤੋਂ ਹੌਲੀ ਹੌਲੀ ਗੀਤ ਬਣ ਗਿਆ, ਬਸ ਖਿਆਲ ਹੀ ਹੁੰਦਾ। ਬਹੁਤ ਵਧੀਆ ਸੋਚ ਹੈ ਜੀ ਇਹ ਤੁਹਾਡੀ ਜਿਹੜੀ ਸੋਚ ਹੈ। ਅਤੇ ਹੋਰ ਵੀ ਆਉਣ ਵਾਲੇ ਸਮੇਂ 'ਚ ਜਿੰਨੇ ਕੋਈ ਆਪਣੇ ਗੀਤ ਹੈ ਭੜਕੀਲੇ ਗੀਤਾਂ ਨੂੰ ਛੱਡ ਕੇ ਜਿਹੜਾ ਤੁਸੀਂ ਇਹ ਸਿਲਸਿਲਾ ਤੋਰਿਆ, ਸੋ ਬਹੁਤ ਵਧੀਆ ਜੀ ਇਹ। ਅਤੇ ਬਾਕੀ ਸ਼ੌਕ ਜਿਹੜਾ ਤੁਹਾਡਾ ਕਬੂਤਰਬਾਜ਼ੀ ਦਾ ਸ਼ੌਕ, ਉਹ ਕਿਵੇਂ ਬਾਈ ਜੀ ਨਾਲ ਕੀ ਪਹਿਲਾਂ ਤਾਂ ਆਪਣਾ ਰਿਲੇਸ਼ਨ ਕੀ ਹੈ ਬਾਈ ਜੀ ਨਾਲ? ਬਾਈ ਜੀ ਤਾਂ ਬਾਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰੀ ਪਾਰਟੀ ਨੂੰ ਅਸੀਂ ਜੀ ਆਖਦੇ ਹਾਂ ਜੀ। ਅਤੇ ਬਾਈ ਜੀ ਨਾਲ ਪਹਿਲਾਂ ਤਾਂ ਸੀਗਾ ਮੇਰਾ ਮੋਹ ਪ੍ਰੇਮ, ਉਸ ਤੋਂ ਬਾਅਦ ਸਾਡਾ ਗੁਰੂ ਚੇਲੇ 'ਚ ਬਹੁਤ ਬਦਲ ਗਿਆ। ਬਾਈ ਜੀ ਮੇਰੇ ਉਸਤਾਦ ਹੈ, ਠੀਕ ਹੈ। ਹੌਲੀ ਹੌਲੀ ਬਸ ਊਂ ਸਾਡਾ ਹੈ ਕੰਮ, ਭਰਾ ਮਰ ਗਏ ਜਦੋਂ ਮੈਂ ਇਹਦੇ ਕਿਤੇ ਪੈਰੀ ਹੱਥ ਲਾਉਣਾ ਅਤੇ ਮੇਰੇ ਲੱਪੜ ਮਾਰ ਪੈ ਜਾਂਦਾ ਵੀ ਮੇਰੇ ਪੈਰੀ ਹੱਥ ਲਾ ਗਿਆ ਤੂੰ ਮੇਰਾ ਭਰਾ ਹੈ। ਅਤੇ ਇਹਨਾਂ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਿਆ, ਇਹਨਾਂ ਕੋਲ ਜਿੰਨਾ ਸੀਗਾ ਮੈਨੂੰ ਬਥੇਰੇ ਆਖੀ ਜਾਂਦੇ ਸਾਡੇ ਪਿੰਡ ਦੇ ਵੀ ਆਉਂਦੇ ਆ ਵੀ ਤੈਨੂੰ ਬਾਈ ਬਾਈ ਨੇ ਨਹੀਂ ਕੋਈ ਦੱਸਿਆ। ਮੈਂ ਉਹਨੂੰ ਇੱਕੋ ਆਖੀ ਜੀ ਮਾਪਾ ਮਾਨ ਨਹੀਂ ਕਰਦੇ, ਜਿੱਦੇ ਮੈਂ ਲੈ ਕੇ ਕਬੂਤਰ ਤੁਹਾਡੇ ਕੋਲ ਆਇਆ ਉਹਦੇ ਆਖ ਸਕਦੇ ਹੋ, ਜਾਂ ਮੇਰੇ ਨਾਲ ਤੁਸੀਂ ਆਪਣੇ ਫਿਰਦੇ ਹੈ ਆਖਦੇ ਬਾਈ ਅਸੀਂ ਬਾਜੀ ਨਹੀਂ ਮਾਰ, ਬਸ ਨਾ ਆਪਣੀ ਕੋਈ ਜਦਾਈ ਹੈ। ਮੈਂ ਬਾਈ ਕੋਲ ਆਇਆ, ਬਾਈ ਨੇ ਮੈਨੂੰ ਕੋਈ ਦੱਸਿਆ ਨਾ, ਮੈਂ ਜਾਣਾ ਬਾਈ ਜਾਣਾ ਤੁਸੀਂ ਲੈਣਾ। ਬਹੁਤ ਵਧੀਆ, ਮਤਲਬ ਜਿਹੜਾ ਗੁਰੂ ਤੁਹਾਨੂੰ ਮਿਲਿਆ ਬਹੁਤ ਵਧੀਆ ਗੁਰੂ ਮਿਲਿਆ ਜੀ, ਕਿਉਂਕਿ ਕੁਛ ਲੋਕ ਇੰਟਰਵਿਊ ਦੇ ਜ਼ਰੀਏ ਵੀ ਜਿਹੜੇ ਖਿਡਾਰੀ ਨੂੰ ਦੇਖ ਸਕਦੇ ਆ, ਮਿਲਣ ਨੂੰ ਲੋਕ ਤਰਸਦੇ ਆ, ਠੀਕ ਹੈ। ਜਿਵੇਂ ਕਿ ਲਾਲ ਬਾਈ ਵਾਲੇ ਸਰਪੰਚ ਬਹੁਤ ਵੱਡੇ ਪਲੇਅਰ ਹੈ, ਲੇਕਿਨ ਜਦੋਂ ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਤਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਬਹੁਤ ਲੋਕਾਂ ਨੇ ਉਹਨਾਂ ਨੂੰ ਨਹੀਂ ਦੇਖਿਆ ਸੀ। ਸੋ ਇਹ ਤਾਂ ਅੱਜ ਇਹਨਾਂ ਦਾ ਨਾਂ ਜਿਹੜਾ ਪੂਰੀ ਬੁਲੰਦੀ 'ਤੇ। ਹਾਂਜੀ ਹਾਂਜੀ, ਬਹੁਤ ਨਾਮ। ਅਤੇ ਤੁਹਾਡੇ ਨਾਲ ਹੀ ਇੱਕ ਵੀਰ ਹੋਰ ਆਏ ਆ, ਕੀ ਨਾਂ ਹੈ ਇਹਨਾਂ ਦਾ? ਬਜ਼ੁਰਗ ਬੈਠੇ ਆਪਣੇ ਪਰਲੇ ਪਾਸੇ, ਤੁਸੀਂ ਇੱਥੇ ਆਓ ਜੀ ਇੱਕ ਵਾਰੀ ਉੱਠ ਕੇ। ਇਹ ਜੀ ਛੇਣੀ ਸਿੰਘ ਬਾਜਾ ਖਾਨਾ ਜੀ,
ਬਹੁਤ ਮਸ਼ਹੂਰ ਕਬੂਤਰਬਾਜ਼ੀ ਇਹ ਵੀ ਆਪਦੇ ਸਮੇਂ ਦੇ ਜੀ, ਅੱਜ ਵੀ ਠੀਕ ਹੈ, ਚੰਗਾ ਵਧੀਆ ਨਾਚ ਚੱਲਦਾ ਹੈ, ਵਧੀਆ ਅੱਜ ਤਾਂ ਜੀ ਕਬੂਤਰਬਾਜ਼ੀ 'ਚ ਇਹਨਾਂ ਦੀ, ਅਤੇ ਵਧੀਆ ਹੀ ਕਬੂਤਰ ਇਹਨਾਂ ਕੋਲ, ਜੇ ਕੋਈ ਉਹਨਾਂ ਲੋਕ ਪਾਸੇ ਪਾਸੇ ਭੱਜੇ ਫਿਰਦੇ ਜਾਂ ਕੱਢੋ ਜਿਹਨਾਂ ਨੇ ਤਾੜੀ ਵੱਜੇ ਜੀ। ਕੀ ਆਪਣਾ ਕੀ ਰਿਲੇਸ਼ਨ ਹੈ ਇਹਨਾਂ ਦੇ ਨਾਲ, ਦੋਸਤੀ ਹੈ ਜਾਂ ਕਬੂਤਰਾਂ ਕਰਕੇ ਹੈ ਕੀ? ਆਪਣਾ ਜੀ ਇਹਨਾਂ ਨਾਲ ਆਪਣੇ ਤੋਂ ਸੀਨੀਅਰ ਬੰਦੇ ਆ, ਆਪਾਂ ਇਹਨਾਂ ਦੀ ਇੱਜ਼ਤ ਕਰਦੇ ਹਾਂ ਜੀ, ਇਹ ਪਿਓ ਪ੍ਰੇਮ ਹੈ ਜੀ। ਬਾਕੀ ਆਪਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀਗਾ ਵੀ ਜਿੰਨੇ ਬੰਦੇ ਆਪਣੇ ਤੋਂ ਸੁਣੀ ਯਾਰ, ਆਪਾਂ ਸਾਰਿਆਂ ਦੀ ਇੱਜ਼ਤ ਕਰਦੇ ਸੀ, ਅਤੇ ਸਾਰਿਆਂ ਤੋਂ ਹੀ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਜੀ, ਥੋੜ੍ਹਾ ਬਹੁਤਾ ਯੋਗਦਾਨ ਹਰੇਕ ਬੰਦਾ ਪਾਉਂਦਾ ਹੈ, ਕੋਈ ਨਾ ਕੋਈ ਪੁਰਾਣੀ ਗੱਲ, ਜਿਹੜੇ ਮੁੱਢ ਸੀ ਉਹਨਾਂ ਦੀਆਂ ਗੱਲਾਂ ਆਪਾਂ ਤਾਂ ਇਹਨਾਂ ਦੀਆਂ ਜਾਣਦਾ ਜੀ ਮੈਂ ਤਾਂ, ਅਤੇ ਉਹਨਾਂ ਦੀਆਂ ਇਹ ਜਾਣਦੇ ਆ, ਕਦੇ ਨਾ ਕਦੇ ਕੋਈ ਨਾ ਕੋਈ ਲੋੜ ਪੈਂਦੀ ਹੈ ਕਿਸੇ ਕਿਸਮ ਦੀ ਪੁਰਾਣੀ ਦੇਸੀ ਜੜੀ ਬੂਟੀ ਦੀ, ਉਹਨਾਂ ਨੂੰ ਪੁੱਛਣਾ ਪੈਂਦਾ ਜੀ ਵੀ ਬਾਈ ਜੀ ਆਹ ਪ੍ਰੋਬਲਮ ਆ ਗਈ ਅਤੇ ਸਾਡਾ ਇਹਦਾ ਹੱਲ ਕਰਕੇ ਦਿਓ, ਫਿਰ ਇਹ ਆਪਾਂ ਨੂੰ ਸਹਿਯੋਗ ਦਿੰਦੇ ਆ ਜੀ ਸਾਰੇ ਬੰਦੇ। ਤੁਸੀਂ ਛੱਡ ਦਿਓ ਜੀ ਹੁਣ ਬਾਜ਼ੀਆਂ, ਕਿੰਨੇ ਵੀ ਕਲੱਬ ਆ ਨੇੜੇ ਨੇੜੇ ਸਾਰਿਆਂ 'ਚ ਬਾਜ਼ੀਆਂ ਛੱਡ ਦਿਓ ਤੁਸੀਂ, ਅਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਾਜ਼ੀਆਂ ਛੱਡਦਿਆਂ ਨੂੰ? ਮੈਨੂੰ 30 ਸਾਲ 30 ਸਾਲ ਹੋ ਗਏ ਜੀ। ਕਿੰਨੀ ਉਮਰ ਹੈ ਹੁਣ ਤੁਹਾਡੀ? 50 ਸਾਲ। ਕਿਹੜੇ ਕਿਹੜੇ ਬਜ਼ੁਰਗ ਖਿਡਾਰੀ ਸੀ ਜਿਨ੍ਹਾਂ ਨਾਲ ਤੁਸੀਂ ਕਬੂਤਰ ਉਡਾਏ ਆ, ਪੁਰਾਣੇ ਜੋ ਹੁਣ ਨਹੀਂ ਰਹੇ? ਸਾਰੇ ਤਕਰੀਬਨ ਬਸ ਹੈਗੇ ਆ ਉਹਨਾਂ 'ਚ, ਮਤਲਬ ਜਿਵੇਂ ਪੁੰਨੂ ਹੋ ਗਿਆ ਜੀ, ਉਹਨਾਂ ਨਾਲ ਨਹੀਂ ਰਹੇ, ਬਾਬੇ ਧੰਨੇ ਮਹਾਰਾਜ ਨਾਲ ਉਹਦਾ ਛੱਡੀ ਤੁਸੀਂ ਵੀ ਬਾਜ਼ੀਆਂ ਛੱਡੀਆਂ ਜੀ? 24 ਸਾਲ ਤਾਂ ਬਾਈ ਜੀ ਅਸੀਂ ਇਕੱਠੇ ਨੇ ਬਾਜ਼ੀਆਂ ਛੱਡੀਆਂ ਜੀ, ਘੱਟੋ ਘੱਟ ਵੀ ਸਾਨੂੰ 40 ਸਾਲ ਬਾਜ਼ੀਆਂ ਛੱਡਦੇ ਨੂੰ ਹੋ ਗਏ ਜੀ। ਇਹਦੀ 57 ਸਾਲ ਦੀ ਉਮਰ ਦੇਖੋ, ਜੇ ਤਾਂ ਕਲਪ ਲਾਉਂਦੇ ਹੋਣ ਤਾਂ ਆਪਾਂ ਨੂੰ ਕਈ ਉਮਰ ਲੁਕੋਈ, ਪੂਰੀ ਚਿੱਟੀ ਦਾੜੀ ਉਮਰ ਲੁਕਾਉਣ ਵਾਲੀ ਤਾਂ ਗੱਲ ਨਹੀਂ ਹੈ। ਸਾਨੂੰ 40 ਸਾਲ ਤਾਂ ਸਾਨੂੰ 24 ਸਾਲ ਅਸੀਂ ਇਕੱਠੇ ਨੇ ਬੂਟ ਲਾਇਆ, ਸਾਨੂੰ 10 ਸਾਲ ਤਾਂ ਅਲੱਗ ਹੋਇਆ ਨੂੰ ਵੀ ਹੋ ਗਿਆ, ਇਹਨੂੰ ਘੱਟੋ ਘੱਟ ਵੀ 40 ਸਾਲ ਹੋ ਗਏ ਬਾਜ਼ੀਆਂ ਛੱਡਦੇ ਨੇ। ਨਾਲ ਇੱਕ ਵੀਰ ਹੋਰ ਆਏ ਹੋਏ ਆਪਣੇ, ਕੀ ਨਾਂ ਹੈ ਜੀ ਆਪਣਾ? ਸਤਨਾਮ ਸਿੰਘ। ਕਿਹੜੇ ਪਿੰਡ ਤੋਂ ਵੀਰ? ਆਪਣਾ ਨਾਲ 2 ਕਿਲੋਮੀਟਰ ਭੋਲੂ ਵਾਲਾ। ਭੋਲੂ ਵਾਲਾ, ਤੁਸੀਂ ਬਾਈ ਜੀ ਨੂੰ ਕਿਵੇਂ ਜਾਣਦੇ ਹੋ? ਬਾਈ ਤਾਂ ਅਸੀਂ ਪਹਿਲਾਂ ਹੀ ਇੱਥੇ ਪੜ੍ਹਨ ਆਉਂਦੇ ਹੁੰਦੇ ਸੀ ਸਕੂਲ ਜੀ, ਉਦੋਂ ਤੋਂ ਸ਼ੌਂਕ ਸੀਗਾ, ਛਤਰੀਆਂ ਲੱਗੀਆਂ ਵੇਖ ਕੇ ਆ ਜਾਣਾ ਬਾਈ ਦਾ ਘਰ ਤੋਂ ਪਿੱਛੇ ਹੁੰਦਾ ਸੀ ਜੀ, ਅਤੇ ਆ ਜਾਣਾ ਬਾਈ ਕੋਲ ਬੈਠਣਾ, ਉਹਨੇ ਗੱਲਾਂ ਬਾਤਾਂ ਕਰਨੀਆਂ, ਪਹਿਲਾਂ ਰੱਖੇ ਹੁੰਦੇ ਸਾਡੇ ਵਿਹੜੇ 'ਚ ਕਬੂਤਰ, ਬਾਈ ਦੀ ਛਤਰੀ ਲੱਗੀ ਵੇਖ ਕੇ ਸਾਨੂੰ ਵੀ ਉੱਠਿਆ, ਅਸੀਂ ਛਤਰੀ ਲਾਈਏ, ਹੌਲੀ ਹੌਲੀ ਛਤਰੀ ਲਾਈ, ਅਤੇ ਮੰਨ ਕੇ ਚੱਲ ਆਪਾਂ ਨੂੰ ਵੱਡੇ ਪਿਆਰਾਂ ਭਰਾਵਾਂ ਨੂੰ ਪਿਆਰ ਦਿੱਤਾ ਇਹਨੇ, ਅਤੇ ਕਬੂਤਰ ਵੀ ਇਕੱਠੇ ਹੀ ਮੰਨ ਕੇ ਚੱਲ 5 ਸਾਲ ਮੇਰੇ ਕਬੂਤਰ 22 ਸਾਲ ਦਾ ਰਿਹਾ ਸਾਂਭ ਕੇ, ਪਹਿਲੀ ਬਾਜੀ ਛੱਡੀ ਸੀ ਬਾਈ ਨੇ ਠਾੜੇ, ਅਤੇ ਉਦੋਂ 7 ਕਬੂਤਰ ਟਾਈਮ ਕੀਤਾ, ਪਹਿਲੀ ਛੱਡੀ ਸੀ ਅਤੇ ਬਾਈ ਨੇ ਸਾਂਭਾ ਕਬੂਤਰ ਪਹਿਲੀ 'ਚ ਜਿੱਤੇ ਸੀ। ਹਾਂਜੀ, ਅਤੇ ਉਸ ਤੋਂ ਬਾਅਦ 5-7 ਸਾਲ ਫਿਰ ਬਾਈ ਇੱਥੇ ਨੱਥੂ ਵਾਲੇ ਜਾਵੜਿਆ, ਫਿਰ ਮੈਨੂੰ ਥੋੜ੍ਹੀ ਜਿਹੀ ਵਾਟ ਪੈਂਦੀ ਸੀ, ਫਿਰ ਮੈਂ ਘਰੇ ਕਬੂਤਰ ਡਾਉਣ ਲੱਗ ਪਿਆ, ਮੰਨ ਕੇ ਚੱਲ ਵੀ 13-14 ਸਾਲ ਤੋਂ ਅਸੀਂ ਇਕੱਠੇ ਹੀ ਮੰਨ ਕੇ ਭਰਾਵਾਂ ਨੂੰ ਵੱਡੇ ਭਰਾਵਾਂ ਨੂੰ ਰੱਖਦਾ ਹੈਗਾ ਆਪਣਾ। ਬਹੁਤ ਵਧੀਆ ਜੀ, ਤੁਹਾਡੇ ਨਾਲ ਵੀ ਜਿੰਨੀ ਆਪਾਂ ਗੱਲਬਾਤ ਕੀਤੀ ਹੈ, ਤੁਸੀਂ ਇਹਨਾਂ ਦੇ ਪ੍ਰਤੀ ਜੋ ਕਿਹਾ, ਹਾਂਜੀ ਹਾਂਜੀ, ਸਾਨੂੰ ਮਾਣ ਆ ਜੀ ਸਾਡੇ ਵਰਗੇ ਦਾ ਸਟਾਰ ਖਿਡਾਰੀ ਹੈ। ਬਿਲਕੁਲ ਜੀ, ਕੋਈ ਵੀ ਆਪਣੇ ਮਤਲਬ ਕੋਈ MLA ਚੰਗਾ ਹੋਵੇ, ਸਰਪੰਚ ਚੰਗਾ ਹੋਵੇ, ਆਪਣੇ ਖਿਡਾਰੀਆਂ 'ਚ ਖਿਡਾਰੀ ਵੀਰ ਇਹ ਬਹੁਤ ਵਧੀਆ, ਹਾਂਜੀ ਹਾਂਜੀ, ਤਾਂ ਬਹੁਤ ਵਧੀਆ ਗੱਲ ਹੈ ਜੀ। ਹਾਂਜੀ, ਹੁਣ ਆਪਣੇ ਨਾਲ ਆਏ ਹੋਏ ਆ ਜੀ ਇੱਕ ਵੀਰ, ਆਪਣੇ ਵੀਰ ਸਿੱਖੋ ਸਾਹਿਬ ਮਿਲ ਗਏ ਸੀ ਮੈਨੂੰ ਆਉਂਦੇ ਫਰੀਦਕੋਟ, ਅਤੇ ਸੋ ਚਾਹ ਪਾਣੀ ਇਹਨਾਂ ਦੇ ਕੋਲ ਪੀ ਕੇ ਜਦੋਂ ਇਹਨਾਂ ਨੂੰ ਦੱਸਿਆ ਕਿ ਅਸੀਂ ਅੰਮ੍ਰਿਤਸਰੋਂ ਆਏ ਹਾਂ ਬਾਈ ਕੋਲ ਜਾਣਾ, ਤਾਂ ਸਹਿਯੋਗ ਦਿੱਤਾ ਇਹਨਾਂ ਨੇ, ਆ ਪਿੰਡ ਜਿਹੜੇ ਤੁਹਾਡੇ ਲੈ ਕੇ ਆਏ ਆ, ਠੀਕ ਹੈ ਜੀ, ਇਹ ਵੀ ਇਲਾਕੇ ਦੇ ਬਹੁਤ ਵਧੀਆ ਪਲੇਅਰ ਹੈ, ਹਾਂਜੀ ਹਾਂ, ਕਲੱਬ ਵੀ ਬਣਾਇਆ ਹੋਇਆ ਇਹਨਾਂ ਨੇ ਬਣਾਇਆ ਜੀ, ਅਤੇ ਤੁਹਾਡਾ ਕੀ ਰਿਲੇਸ਼ਨ ਆ ਨੇੜੇ ਦੇ, ਤੁਸੀਂ ਦੋਨੇ ਇੱਕੋ ਜ਼ਿਲ੍ਹੇ ਦੇ ਇੱਕੋ ਸ਼ਹਿਰ ਦੇ ਖਿਡਾਰੀ ਹੋ, ਇਹਨਾਂ ਦੇ ਪ੍ਰਤੀ ਕੋਈ? ਇਹਨਾਂ ਦਾ ਵੀ ਆਪਣਾ ਭਰਾਵਾਂ ਵਾਲਾ ਪ੍ਰੇਮੀ ਹੈ ਜੀ ਜੀ, 15-16 ਸਾਲ ਤੋਂ ਸਾਡੀ ਜਾਣ ਪਛਾਣ ਆ,
ਵਧੀਆ ਮਿਲਣ ਵਰਤਣਾ ਜੀ। ਜਿੰਨੇ ਬੰਦੇ ਵੀ ਜਿੰਨਿਆਂ ਨਾਲ ਵੀ ਕੀਤਾ, ਚਾਹੇ ਉਹ ਹੈਗੇ ਆ ਚਾਹੇ ਨਹੀਂ ਹੈਗੇ, ਕੋਈ ਨਾਲ ਚੱਲਦਾ ਜਾਂ ਛੱਡ ਕੇ ਉੱਡ ਗਿਆ, ਆਪਾਂ ਜਿਹਦੇ ਨਾਲ ਵੀ ਵਰਤੇ ਹਾਂ ਪਰਿਵਾਰਕ ਤੌਰ 'ਤੇ ਵਰਤਿਆ ਜੀ, ਅਤੇ ਆਪਦਾ ਸਮਝ ਕੇ ਹੀ ਅਗਲੇ ਨੂੰ ਲੈ ਕੇ ਆਈਦਾ ਅਤੇ ਆਪਦਾ ਸਮਝ ਕੇ ਹੀ ਅਗਲੇ 'ਤੇ ਜਾਈਦਾ ਜੀ। ਇਕੱਲੇ ਕਬੂਤਰਾਂ ਦੀ ਕਦੇ ਸੀਮਤ ਨਹੀਂ, ਜੋ ਵੀ ਦੁੱਖ ਦਾ ਸੁੱਖ ਦਾ ਅੰਗ ਸੰਗ ਸਹਾਈਏ ਜੀ ਇੱਕ ਦੂਜੇ ਦੇ ਸੀ ਸਾਰੇ। ਕੀ ਕਹਿਣਾ ਚਾਹੋਗੇ ਸਿੱਖ ਸਾਹਿਬ ਤੁਸੀਂ ਆਪਣੇ ਬਾਈ ਜੀ? ਅੱਜ ਆਪਾਂ ਆਏ ਹਾਂ, ਤੁਹਾਨੂੰ ਨਾਲ ਲੈ ਕੇ ਆਏ ਸੀ ਵੀ ਆਪਾਂ ਨੂੰ ਪਿੰਡ ਦਾ ਨਹੀਂ ਪਤਾ, ਕਿਉਂਕਿ ਮੈਂ ਪਹਿਲੀ ਵਾਰੀ ਅੱਜ ਬਾਈ ਦੇ ਘਰ ਆਇਆ। ਹਾਂਜੀ, ਕੀ ਕਹਿਣਾ ਚਾਹੋਗੇ ਬਾਈ ਬਾਰੇ ਤੁਸੀਂ? ਸਾਡੇ ਏਰੀਏ ਦਾ ਮਾਣ ਸਤਿਕਾਰ ਵਾਲਾ ਪੂਰਾ ਬੰਦਾ ਹੈ ਜੀ, ਵਧੀਆ ਕਬੂਤਰਬਾਜੀ ਜੀ ਦਾ ਪੂਰਾ ਨਾਂ ਹੈ ਜੀ, ਉਹ ਵੀ ਇਲਾਕੇ 'ਚ ਠੀਕ ਹੈ, ਇਹਦਾ ਪੂਰਾ ਨਾਂ ਹੈਗਾ, ਲੋਕ ਮਿਲਦੇ ਵਰਤਦੇ ਹੈ। ਇਹ ਆਮ ਜਿਹਨੂੰ ਮਰਜ਼ੀ ਪੁੱਛ ਲਓ ਵੀ ਕੰਤੇ ਦੇ ਘਰੇ ਜਾਣਾ ਜਾਂ ਕੰਤੇ ਨੂੰ ਜਾਣਦੇ ਹੋ ਤੁਸੀਂ ਪੱਖੀ ਵਾਲੇ, ਉਹਦੇ ਹੀ ਸਾਰੇ ਦੱਸਣਗੇ ਵੀ ਹਾਂ ਜਾਣਦੇ ਹੈਗੇ। ਰੁਤਬਾ ਚੰਗਾ, ਬਾਜ਼ੀਆਂ ਬਹੁਤ ਚੰਗੀਆਂ ਅੜਾਉਂਦਾ ਹੈਗਾ, ਦੂਸਰਾ ਦਸਰਾ ਤੀਸਰਾ ਚੌਸਰਾ ਤੱਕ ਦੇ ਕਬੂਤਰੇ ਨੇ ਅੜਾਏ ਹੈ, ਜਿੱਤੀਆਂ ਬਾਜ਼ੀਆਂ ਵੀ ਬਹੁਤ ਹੈ। ਪਹਿਲਾਂ ਸਾਈ ਪੱਖੀ ਤੋਂ ਸਿੱਖਿਆ, ਬਾਕੀ ਐਂ ਸਾਰਿਆਂ ਤੋਂ ਇਹਨੇ ਖੇਡ ਸਿੱਖ ਕੇ ਅੱਜ ਇਲਾਕੇ 'ਚ ਦੂਰ ਤੱਕ ਆਪਦਾ ਪੂਰਾ ਨਾਂ ਇਹਨੇ ਬਣਾਇਆ ਹੈਗਾ, ਮਿਹਨਤ ਕਰਕੇ ਬਣਾਇਆ। ਪਰਮਾਤਮਾ, ਮੈਂ ਤਾਂ ਇਹੀ ਕਹਿੰਦਾ ਵੀ ਪਰਮਾਤਮਾ ਇਹਦੇ 'ਤੇ ਮਿਹਰ ਪ੍ਰਿਆਪਤ ਰੱਖੇ ਅਤੇ ਇਹ ਇਸੇ ਤਰ੍ਹਾਂ ਹੀ ਅਗਾਂਹ ਵੱਧਦਾ ਤੁਰਿਆ ਜਾਵੇ ਅਤੇ ਸਾਡੇ ਨਾਲ ਵੀ ਇਹਦਾ ਪਰਿਵਾਰਕ ਰਿਲੇਸ਼ਨ ਵਾਂਗੂ ਹੈ। ਇਹ ਵੀ ਜਦੋਂ ਵੀ ਸ਼ਹਿਰ ਆਉਂਦਾ ਇਹ ਮੈਨੂੰ ਫੋਨ ਕਰਦਾ, ਜੇ ਨਹੀਂ ਆਇਆ ਜਾਂਦਾ ਤਾਂ ਨਹੀਂ, ਟੋਟਲ ਮੇਰੇ ਕੋਲ ਹੋ ਕੇ ਹੀ ਜਾਂਦਾ। ਮੈਨੂੰ ਵੀ ਬਹੁਤ ਇਹਦਾ ਸਾਥ ਹੈ, ਕਿਤੇ ਮੈਂ ਬਾਈ ਵੀ ਸਿੱਖਾਂਗੇ, ਮੈਂ ਸ਼ਹਿਰ 'ਤੇ ਮੁਲਾਜ਼ਮ ਅਤੇ ਕਬੂਤਰ ਫੜਾ ਦੇਈਦਾ, ਕਤਿਆਂ ਵੀ ਜਾ ਕੇ ਛੱਡ ਦੀ ਉੱਥੇ ਭਾਈ, ਇਹ ਜਾ ਕੇ ਉਹਲਾ ਲਾ ਦਿੰਦਾ ਹੈਗਾ, ਜਦੋਂ ਟਾਈਮ ਮਿਲਦਾ ਮੁੜ ਕੇ ਜਾ ਵੜੀਦਾ, ਨਹੀਂ ਤਾਂ ਵੀ ਊਂ ਆਪ ਹੀ ਨਿਗਾਹ ਰੱਖ ਲੈਂਦਾ, ਜਿੱਤ ਗਿਆ ਜਿੱਤ ਗਿਆ ਅਤੇ ਆਪ ਹੀ ਭਾ ਲਿਆਉਣਾ ਇਹਨਾਂ ਨੇ, ਜੇ ਹਰ ਗਿਆ ਤਾਂ ਫਿਰ ਤਾਂ ਕੋਈ ਨਹੀਂ ਹਰ ਗਿਆ ਬਈ, ਕਿੱਡੀ ਗੱਲ ਹੈਗੀ, ਕਿਉਂਕਿ ਆਪਦੇ ਇਹ ਸਾਡਾ ਵੀ ਡੰਗ ਲਾਉਂਦਾ ਇਹ, ਲੋਕਾਂ ਦਾ ਤਾਂ ਉਸਤਾਦ ਵੀ ਹੈ, ਉਹ ਸਾਡੇ ਨਾਲ ਯਾਰੀ ਹੈ, ਛੋਟਾ ਭਰਾ ਮੇਰਾ ਹੈ, ਠੀਕ ਹੈ ਜੀ, ਸਾਡਾ ਵੀ ਪੂਰੀ ਮਦਦ ਕਰਦਾ। ਬਹੁਤ ਵਧੀਆ ਜੀ ਜੋ ਤੁਸੀਂ ਇਹਨਾਂ ਦੇ ਪ੍ਰਤੀ ਗੱਲਾਂ ਕਹੀਆਂ, ਇਸੇ ਕਰਕੇ ਮੈਨੂੰ ਪਤਾ ਸੀ ਕਿ ਤੁਹਾਡਾ ਬਾਈ ਨਾਲ ਕਾਫੀ ਆਉਣਾ ਜਾਣਾ ਅਤੇ ਮੈਂ ਸੋਚਿਆ ਵੀ ਅੱਜ ਸ਼ਹਿਰ ਦੇ ਵਿੱਚ ਦੀ ਤਾਂ ਲੰਘਣਾ ਅਤੇ ਬਾਈ ਨੂੰ ਨਾਲ ਲੈ ਕੇ ਚੱਲਦੇ ਹਾਂ। ਬਿਲਕੁਲ ਬਿਲਕੁਲ, ਸੋ ਅੱਜ ਬਾਕੀ ਮੈਂ ਆਪਦੇ ਵੱਲੋਂ ਤੁਹਾਡੇ ਚੈਨਲ ਦਾ ਕਾਕਾ ਕਨੇਡਾ ਅਤੇ ਪਿੰਦਰ ਝਗੜਾ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਬਾਈ ਦੇ ਘਰ ਆਏ ਅਤੇ ਸਾਨੂੰ ਦੂਜੇ ਖਿਡਾਰੀਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ। ਧੰਨਵਾਦ ਜੀ, ਧੰਨਵਾਦ ਜੀ ਬਹੁਤ ਬਹੁਤ। ਇੱਕ ਜ਼ਿਕਰ ਕੀਤਾ ਸੀ ਤੁਸੀਂ ਆਪਣੇ ਬਾਬਾ ਜੋ ਬਜ਼ੁਰਗ ਖਿਡਾਰੀ ਗੁਜ਼ਰ ਗਏ ਨਹੀਂ ਰਹੇ, ਪੁੰਨੂ ਭੁੱਲਰ, ਹਾਂਜੀ ਹਾਂਜੀ, ਉਹਨਾਂ ਦੇ ਵੀ ਸ਼ਾਇਦ ਪੋਤੇ ਆਏ ਹੋਏ ਆ। ਹਾਂ, ਬੇਟਾ ਵੀ ਆਇਆ ਵੀ ਉਹਨਾਂ ਦਾ, ਬੇਟਾ ਵੀ ਆਇਆ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜੀ, ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਜੀ। ਕੌਣ ਖਿਡਾਰੀ ਨਹੀਂ ਹੋਣਾ ਜੀ? ਬਾਬਾ ਮੁੰਡਾ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇੱਥੇ ਵੀ ਰਹਿੰਦੇ ਹਾਂ ਅਸੀਂ, ਪਿੰਡ ਭੁੱਲਰ ਆ ਸਾਡਾ, ਪਿਛਲਾ ਪਿੰਡ ਭੁੱਲ ਕੇ ਉੱਥੇ ਹੀ ਕਬੂਤਰ ਰੱਖੇ ਹੁੰਦੇ ਸੀਗੇ ਜੀ, ਫਿਰ ਇੱਥੇ ਜ਼ਮੀਨ ਲੈ ਲਈ ਅਤੇ ਉਸ ਤੋਂ ਬਾਅਦ ਇੱਥੇ ਵੀ ਰਹਿਣ ਲੱਗ ਪਏ ਅਤੇ ਉਹ ਕਬੂਤਰ ਉਡਾਉਂਦੇ ਹੁੰਦੇ ਸੀ ਅਤੇ ਮੈਂ ਦਾਣੇ ਪਾਣੀ ਪਾਉਂਦਾ ਹੁੰਦਾ, ਪਰ ਮੈਂ ਰੱਖੇ ਨਹੀਂ, ਮੈਨੂੰ ਇਹ ਮੈਨੂੰ ਸ਼ੌਂਕ ਨਹੀਂ ਆਇਆ ਹੈਗਾ ਅਤੇ ਬਸ ਦੋ ਥਾਈ ਕਰਕੇ ਨਾ ਵਾਹੀ ਚੀ ਰੁੱਝ ਗਏ। ਕਿਵੇਂ ਲੱਗਦਾ ਅੱਜ ਜਿੱਥੇ ਵੀ ਅਸੀਂ ਅੱਜ ਵੀ ਇੰਟਰਵਿਊ ਕਰਕੇ ਆਏ ਹਾਂ, ਉੱਥੇ ਸਾਨੂੰ ਉਹਨਾਂ ਨੇ ਬੜੇ ਚਾਅ ਦੇ ਨਾਲ ਦੱਸਿਆ ਕਿ ਆਹ ਪੁੰਨੂ ਭੁੱਲਰ ਦੇ ਕਬੂਤਰ ਹੈ ਅਤੇ ਤੁਹਾਨੂੰ ਆਪਦੇ ਜਿਹੜੇ ਪਿਤਾ ਜੀ ਦਾ ਨਾਂ ਸੁਣ ਕੇ ਕੀ ਮਹਿਸੂਸ ਹੁੰਦਾ ਕਿ ਅੱਜ ਉਹਨਾਂ ਦਾ ਵਰਲਡ 'ਚ ਨਾਂ ਲਿਆ ਜਾਂਦਾ ਜੀ ਪੁੰਨੂ ਭੁੱਲਰ ਦਾ? ਬਹੁਤ ਸਿਰ ਉੱਚਾ ਹੋ ਜਾਂਦਾ ਜੀ ਵੀ ਸਾਡੇ ਪਿਤਾ ਦਾ ਹਜੇ ਵੀ ਨਾਂ ਚੱਲਦਾ ਵੀ ਜੀ, ਗੁਜ਼ਰਿਆਂ ਨੂੰ ਹੋ ਗਿਆ ਅੱਜ 20 ਸਾਲ ਹੋ ਗਏ ਜੀ, ਹਜੇ ਵੀ ਨਾਂ ਚੱਲਦਾ ਜੀ। ਕਦੇ ਕੋਈ ਮਤਲਬ ਆਪਣੇ ਦੋਸਤ ਮਿੱਤਰ ਜਾਂ ਆਸੇ ਪਾਸਿਓਂ ਤੁਹਾਡੇ ਕੋਲ ਕੋਈ ਖਿਡਾਰੀ ਵੀ ਆਉਂਦੇ ਆ ਕਿ ਤੁਹਾਡੇ ਕਬੂਤਰ ਬਜ਼ੁਰਗਾਂ ਦੇ ਤੁਸੀਂ ਉਹਨੂੰ ਦਿੱਤੇ ਸੀ ਸਾਨੂੰ ਦਵਾ ਦਿਓ ਜੀ? ਬਹੁਤ ਆਉਂਦੇ ਆ, ਆਉਂਦੇ ਆ, ਹੁਣ ਹੁਣ ਕੁਛ ਹਟ ਗਏ ਜੀ, ਕਿਉਂ ਪਤਾ ਲੱਗ ਗਿਆ ਵੀ ਹੈ ਨਹੀਂ ਉਹਨਾਂ ਕੋਲ ਜੀ, ਅਤੇ ਸਾਡੇ ਬਾਪੂ ਦੇ ਕਬੂਤਰ ਜਾਂ ਤਾਂ ਇਹਦੇ ਕੋਲ ਸੀ, ਸਾਈ ਕੋਲ ਸੀ ਜਾਂ ਜਸਵੀਰ ਬਾਦਲ ਕੋਲ ਹੁੰਦੇ ਸੀ ਜੀ, ਉਹ ਕੱਢ ਕੇ ਲੈ ਜਾਂਦਾ ਹੁੰਦਾ ਸੀ ਬਸ, ਅਤੇ ਇਹਨੂੰ ਦੇ ਦਿੱਤੇ ਸੀਗੇ ਜਦੋਂ ਬਜ਼ੁਰਗ ਹੋ ਗਏ ਵੀ ਹੁਣ ਮੈਥੋਂ ਤਾਂ ਨਹੀਂ ਉੱਡਦੇ ਗੇ, ਤੈਨੂੰ ਮੈਂ ਦੇ ਦਿੱਤੇ। ਜਦੋਂ ਤੁਹਾਡੇ ਪਿਤਾ ਜੀ ਦੀ ਡੈਥ ਹੋਈ ਆ, ਕਿੰਨੀ ਉਮਰ ਸੀ ਉਦੋਂ ਤੁਹਾਡੀ? ਉਦੋਂ ਮੇਰੀ ਉਮਰ ਸੀਗੀ ਜੀ 42 ਸਾਲ ਦੀ, 42 ਸਾਲ ਦੀ ਨਹੀਂ 42 32 ਸਾਲ ਦੀ, 32 ਸਾਲ ਦੀ ਸੀਗੀ। ਕਾਫੀ ਮਤਲਬ ਉਦੋਂ ਤੁਸੀਂ ਵੱਡੇ ਸੀ ਸ਼ਾਇਦ, ਤੁਹਾਡਾ ਵਿਆਹ ਵੀ ਹੋ ਗਿਆ? ਹਾਂ, ਵਿਆਹ ਵੀ ਹੋ ਗਿਆ ਜੀ। ਅਤੇ ਕਦੇ ਬਾਜ਼ੀਆਂ 'ਤੇ ਗਏ ਸੀ ਉਹਨਾਂ ਦੇ ਨਾਲ? ਨਹੀਂ, ਬਾਜ਼ੀਆਂ 'ਤੇ ਪਿੰਡ 'ਚ ਸਹਿਯੋਗ ਦੇਈਦਾ ਜੀ, ਨਾਲ ਨਹੀਂ ਕਦੇ ਬਾਜ਼ੀ 'ਤੇ, ਕਦੇ ਨਾਲ ਨਹੀਂ ਪਿੰਡ, ਜਦੋਂ ਜੇ ਜਾਂ 500 ਬੰਦਾ ਹੋ ਜਾਂਦਾ ਸੀ
ਉਹਨਾਂ ਦੀ ਸੇਵਾ ਕਰੀ ਦੀ ਸੀ, ਸੇਵਾ ਕਰਦੇ ਵੀ ਉਹਨਾਂ ਨੂੰ ਲੰਗਰ ਪਾਣੀ, ਚਾਹ ਪਾਣੀ ਪੂਰੀ, ਉਹਨਾਂ ਦੀ ਜਾਂ ਕਬੂਤਰਾਂ ਨੂੰ ਦਾਣੇ ਪਾਉਣੇ, ਦਾਣੇ ਪਾ ਦਿੰਦੇ ਅਤੇ ਫੜ ਕੇ ਵੀ ਲਿਆ ਦਿੰਦਾ ਸੀ ਮੈਂ ਆਪਣੇ ਬਾਪੂ ਨੂੰ, ਮੈਂ ਬੱਚਾ ਸਾਂ ਪਹਿਲਾਂ ਅਤੇ ਦਰੱਖਤਾਂ ਦਰੁੱਖਤੋਂ ਫੜ ਕੇ ਲਿਆ ਦਿੰਦੇ ਵੀ ਲੈ ਬਾਪੂ ਆ ਲੈ। ਅਤੇ ਤੁਹਾਡੇ ਗਾਂ ਬੇਟੇ ਨੂੰ ਸ਼ੌਕ ਹੁਣ ਨਹੀਂ ਹੈ? ਨਹੀਂ ਹੈ, ਹੈ ਨਹੀਂ, ਪਰਿਵਾਰ ਦੇ ਵਿੱਚ ਹੁਣ ਸ਼ੌਕ ਨਹੀਂ ਹੈ? ਹੈ ਨਹੀਂ ਕਿਸੇ ਨੂੰ ਜੀ, ਦੋ ਬੇਟੇ ਆ ਮੇਰੇ ਜੀ, ਚਾਰ ਭਰਾ ਸੀ, ਦੋ ਦੋ ਬੇਟੇ ਹੀ ਆ ਸਾਡੇ, ਇੱਕ ਦੇ ਤਿੰਨ ਆ, ਕਿਸੇ ਨੂੰ ਸ਼ੌਕ ਨਹੀਂ। ਬਸ ਉਦੋਂ ਨੂੰ ਜਦੋਂ ਨੂੰ ਪੋਤਰੇ ਹੋਏ ਉਦੋਂ ਨੂੰ ਬਜ਼ੁਰਗ ਹੋ ਗਏ, ਬਸ ਅਸੀਂ ਚਾਰ ਭਾਈ ਸਾਂ, ਅਸੀਂ ਨਹੀਂ ਕਰ, ਮੈਂ ਹੀ ਦਾਣੇ ਪਾਣੀ ਪਾਉਂਦਾ ਹੁੰਦਾ ਹਾਂ ਜੀ। ਅਤੇ ਪਰ ਉਦੋਂ ਇਹ ਮਾੜਾ ਕਹਿੰਦੇ ਹੁੰਦੇ ਸੀ ਜਿਹੜੇ ਜੀ ਰਿਸ਼ਤੇਦਾਰ ਨਾਲ ਕਬੂਤਰਬਾਜ਼ੀ ਨੂੰ ਮਾੜਾ ਕਹਿੰਦੇ ਸੀ, ਅਸੀਂ ਤਾਂ ਨਹੀਂ ਪਏ ਇਸ ਚੀਜ਼। ਅੱਜ ਕਦੇ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਦੱਸਿਆ ਹੋਵੇ ਕਿ ਜਿਸ ਕੰਮ ਨੂੰ ਤੁਸੀਂ ਮਾੜਾ ਗਿਣਦੇ ਸੀ? ਦੇਖੋ ਬਾਪੂ ਦਾ ਨਾਂ, ਬਾਪੂ ਦੇ ਕਬੂਤਰਾਂ ਪਿੱਛੇ ਕਿਹੋ ਕਿਹੋ ਜਿਹੇ ਬੰਦੇ ਆਪਣੀਆਂ ਮਤਲਬ ਫੋਨ ਕਰ ਰਹੇ, ਆਪਣੇ ਕੋਲੇ ਆ ਰਹੇ, ਆਪਣੇ ਬਾਪੂ ਦਾ ਨਾਂ ਵਰਲਡ 'ਚ ਚਮਕ ਰਿਹਾ, ਕਦੇ ਕਿਸੇ ਰਿਸ਼ਤੇਦਾਰ ਨੂੰ ਦੱਸੀ ਹੈ ਗੱਲ? ਉਹ ਫਿਰ ਗੱਲਾਂ ਤਾਂ ਕਰਦੇ ਆ ਜੀ, ਪਰ ਉਹ ਅਸਰ ਨਹੀਂ ਕਰਦੇ ਇਸ ਗੱਲ ਨੂੰ, ਹੁਣ ਅਸਰ ਨਹੀਂ ਨਹੀਂ ਕਰਦੇ ਜੀ। ਉਹ ਰਿਸ਼ਤੇਦਾਰ ਵਾਲੇ ਤਕੜੇ ਤੂੜੇ ਸੀਗੇ ਜੀ, ਕਈ ਰਿਸ਼ਤੇਦਾਰ ਤਾਂ ਬਹੁਤ ਤਕੜੇ ਸੀਗੇ ਜੀ, ਉਹ ਫਿਰ ਇਹ ਗੱਲ ਨੂੰ ਚੰਗਾ ਨਹੀਂ ਗਿਣਦੇ ਸੀਗੇ। ਅਤੇ ਜਿਹੜੇ ਕਬੂਤਰਾਂ 'ਚ ਆਉਂਦੇ ਸੀ ਉਹ ਵੀ ਬੰਦੇ ਬਹੁਤ ਅਮੀਰ ਬੰਦੇ ਹੁੰਦੇ ਸੀ ਜੀ, ਅਤੇ ਉਹਨਾਂ ਨੇ ਐਂ ਨਹੀਂ ਕਿਤੇ ਵੀ ਸੋਚਿਆ ਸੀ ਵੀ ਅਸੀਂ ਅਮੀਰ ਹਾਂ ਜੀ। ਇੱਕ ਬਰਾਬਰ ਹੀ ਬਾਪੂ ਨੂੰ ਉਹਨਾਂ ਨੇ ਵੀ ਗੁਰੂ ਨੂੰ ਮੰਨਣਾ ਜੀ, ਵੀ ਕਬੂਤਰ ਤੇਰੇ ਸੁਣੀ ਦਾ ਉਹਨਾਂ ਦਾ ਸੁਭਾਅ ਇੱਕ ਬਹੁਤ ਵਧੀਆ ਸੁਭਾਅ ਸੀ, ਬਹੁਤ ਵਧੀਆ ਸੁਭਾਅ ਸੀ ਜੀ। ਇਸ ਹੈਗੇ ਆ ਵੀਰ ਜੀ ਆਪਣੇ ਜੋ ਖਿਡਾਰੀ, ਬਜ਼ੁਰਗ ਖਿਡਾਰੀ ਜਿਨ੍ਹਾਂ ਦਾ ਵਰਲਡ ਦੇ ਵਿੱਚ ਨਾਂ ਹੈ ਜੀ, ਪੁੰਨੂ ਭੁੱਲਰ, ਜੋ ਕਿ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਰੋਡ 'ਤੇ ਪਿੰਡ ਹੈ ਜੀ, ਭੁੱਲਰੀ ਪਿੰਡ, ਅਤੇ ਇਹ ਉਹਨਾਂ ਦੇ ਨੇ ਬੇਟੇ। ਸੋ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਨਾਲ ਗੱਲ ਕਰਕੇ, ਇੱਕ ਮਹਾਨ ਖਿਡਾਰੀ ਦੇ ਚਲੋ ਅਸੀਂ ਦਰਸ਼ਨ ਨਹੀਂ ਕਰ ਸਕੇ, ਸੋ ਅੱਜ ਅਸੀਂ ਤੁਹਾਨੂੰ ਮਿਲੇ, ਠੀਕ ਹੈ, ਬਹੁਤ ਬਹੁਤ ਵਧੀਆ ਲੱਗਿਆ ਜੀ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ। ਫੋਟੋ ਤਾਂ ਇਸ ਮੋਬਾਈਲ 'ਚ ਪਾ ਕੇ ਲਿਆ ਜੀ, ਵਿਖਾ ਦੇਣੀ। ਹਾਂਜੀ ਜ਼ਰੂਰ ਦੇਖਾਂਗੇ ਜੀ, ਸਦੀ ਜਸਕਾਰ ਦਿਖਾਓ ਜੀ, ਆਪਾਂ ਆਪਣੇ ਖਿਡਾਰੀ ਵੀਰਾਂ ਨੂੰ ਵੀ ਦਿਖਾਉਣੀ ਚਾਹੁੰਦੇ ਹਾਂ। ਸਾਡੇ ਲੱਗੀ ਆ ਨਾ ਉੱਥੋਂ, ਮੈਂ ਲਵਾ ਕੇ ਲਿਆ ਨਾ, ਮੈਂ ਫੋਟੋ ਲਾਜ਼ਮੀ ਚੱਲਾਂਗੇ, ਕਿਉਂਕਿ ਇੱਕ ਤੁਹਾਡੇ ਹੱਥੋਂ ਫੋਟੋ ਦਿਖਾਉਣੀ, ਸਾਡੇ ਜੋ ਮਹਾਨ ਖਿਡਾਰੀ ਹੈ ਪੁੰਨੂ ਭੁੱਲਰ ਜੀ, ਅਤੇ ਲੋਕ ਉਹਨਾਂ ਦੀ ਝਲਕ ਦੇਖਣ ਨੂੰ ਦੇਖ ਰਹੇ ਆ। ਨਾਲ ਇੱਕ ਤੁਹਾਡੇ ਹੋਰ ਕੌਣ ਆਇਆ? ਉਹਨੇ ਪੋਤਰਾ ਜੀ ਉਹਨਾਂ ਦਾ ਜੀ, ਮੇਰਾ ਮੁੰਡਾ ਹੀ ਆ ਆਹ ਪੜੋਤਾ ਜਿਹੜਾ ਜੀ, ਇਹ ਗਾਂ ਮੇਰੇ ਭਰਾ ਦਾ ਪੋਤਰਾ ਹੈ ਜੀ ਜੀ ਜੀ। ਅਤੇ ਇਹਨਾਂ ਨੂੰ ਵੀ ਘਰ ਦੇ ਫੈਮਿਲੀ ਵਿੱਚ ਕਿਸੇ ਨੂੰ ਕੋਈ ਸ਼ੌਕ ਨਹੀਂ, ਹੁਣ ਕਿਸੇ ਨੂੰ ਸ਼ੌਕ ਨਹੀਂ ਪਿਆ ਜੀ, ਹੈਗਾ ਜੀ ਮਾੜਾ ਮੋਟਾ, ਇਹਨਾਂ ਤੋਂ ਚੋਰੀ ਚਾਰੀ ਆਉਂਦੇ ਆ ਜੀ, ਕਿਤੇ ਲੱਕੇ ਦੇ ਪਰਖ ਵੀ ਨੀ ਗੀ, ਤੇ ਅਸੀਂ ਸਾਈ ਨੂੰ ਦੇਤੇ, ਸਾਈ ਕੋਲੋਂ ਇੱਥੋਂ ਕੱਢ ਕੁੱਢ ਕੇ ਵੀ ਲੈ ਗਏ ਸੀ ਕਬੂਤਰ, ਠੀਕ ਹੈ, ਸਾਈ ਕੋਲੇ ਸੀ ਨਸਲ ਇਹਨਾਂ ਦੇ ਜੀ, ਊਂ ਵੀ ਕਬੂਤਰ ਆ ਜਾਂਦੇ ਇਹਨਾਂ ਦੀ ਗੌਰ ਨਹੀਂ ਜੀ, ਮੈਂ ਤਾਂ ਉੱਥੇ ਲੰਘਦਾ ਟੱਪਦਾ ਰੋਡ ਇਹਨਾਂ ਦੇ ਜਾਂਦਾ, ਜਿਹੜਾ ਫਰੀਦਕੋਟ ਤੋਂ ਸਿੱਧੀ ਛੜਕ ਜਾਂਦੀ ਆਪਣੇ ਇੱਥੋਂ ਘਰ ਤੋਂ, ਤੇ ਕਬੂਤਰ ਆ ਕੇ ਨਾ ਇਹਨਾਂ ਦੇ ਘਰੇ ਪੁਰਾਣੇ ਰਿਲੇਸ਼ਨ ਜਿਵੇਂ ਕਬੂਤਰਾਂ ਦੇ ਨਾਲ ਬਹਿੰਦੇ ਆ ਸਾਡੇ ਚੁਆਰੇ ਆ ਕੇ ਬਹਿੰਦੇ ਆ, ਕਬੂਤਰ ਮੈਂ ਇਹਨਾਂ ਦੇ ਘਰੋਂ ਪੜ੍ਹ ਕੇ ਲੈ ਗਿਆ, ਅਸੀਂ ਫਿਰ ਉਹਨੂੰ ਦੱਸ ਦਿੰਨੇ ਆ ਵੀ ਬਾਈ ਤੂੰ ਲੈ ਜਾ, ਮੈਂ ਤਿੰਨ ਬਾਜ਼ੀਆਂ ਵੀ ਜਿੱਤਿਆ ਜੀ ਉਹਦੇ ਨਾਲ, ਤਿੰਨ ਥਾਂ ਹੀ ਬਾਜ਼ੀ ਛੱਡਿਆ ਮੈਂ ਉਹ, ਤੇ ਇੱਕ ਥਾਂ ਤਾਂ ਮੈਂ ਮੇਰੇ ਬੇਟੇ ਨੇ ਰਮਨ ਨੇ ਉਦੋਂ ਬਾਹਲਾ ਛੋਟਾ ਸੀ, ਉਹਨੇ ਸਰੋਂ ਪਾ ਦਿੱਤੀ ਸੀ, ਇੱਕ ਥਾਂ ਮੈਂ ਹਾਰ ਗਿਆ ਸੀ, ਉਦੋਂ ਮਗਰ ਉਸ ਕਬੂਤਰ ਨਾਲ ਮੈਂ ਦੋ ਹਿੱਸੇ ਵੀ ਲਏ ਆ, ਉਹਨਾਂ ਦੇ ਮੈਂ ਉੱਥੋਂ ਖੇਤੋਂ ਫਿਰਦਾ ਫੜ ਕੇ ਲੈ ਕੇ ਆਇਆ ਸੀ। ਪਰ ਕਬੂਤਰ ਉਹਨਾਂ ਦਾ ਇਉਂ ਸੀ ਜੀ, ਜਦੋਂ ਬੱਚਾ ਹੋ ਜਾਂਦਾ ਨਾ ਛੋਟਾ, ਉਹਨੂੰ ਮੱਖਣੀ ਚਾਰਨੀ ਸ਼ੁਰੂ ਕਰ ਦਿੰਦੇ ਸੀ, ਅਤੇ ਨਾਲੇ ਉਹਨੂੰ ਬਣਾ ਮੱਖਣੀ ਉਹਨਾਂ ਨੇ ਨਹੀਂ ਗਾਉਂਦੇ ਸੀਗੇ, ਮੱਖਣੀ ਧੋ ਕੇ ਜੀ, ਅਤੇ ਬਸ ਉਹ ਫਿਰ ਬੱਚਾ ਜਿਹੜਾ ਹੁੰਦਾ ਸੀ ਨਰੋਆ ਹੁੰਦਾ ਸੀ, ਕਈ ਵਾਰੀ ਤਾਂ ਬਹਿੰਦੇ ਹੀ ਨਹੀਂ ਸੀਗੇ, ਦਿਲ ਛਿੱਪ ਜਾਂਦਾ ਸੀਗਾ, ਫਿਰ ਅਸੀਂ ਭਾਲ ਕੇ ਲਿਆ ਕੇ ਦੇਣੇ ਸੀ, ਰਾਤ ਨੂੰ ਦਰੱਖਤ 'ਤੇ ਬਹਿਣਾ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਦਿਖਾਉਂਦੇ ਜੀ ਆਪਾਂ ਉਹਨਾਂ ਦੀ ਫੋਟੋ ਵੀ, ਉਹਨੇ ਵੀਰ ਦੇ ਆਪਾਂ ਦੇਖਦੇ ਹਾਂ ਥੋੜ੍ਹੇ ਜਿਹੀ ਝਲਕ ਮਾਰ ਕਬੂਤਰਾਂ।